ਤੋਂ ਆਪਣੇ ਚੈਨਲ ਸਟਡੀਆਨ ਚੁੱਕਾ ਜੀ ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ ਲਿੰਕ ਨੂੰ ਵੀ ਸ਼ੇਅਰ ਕਰ ਦਿਓ ਜੀ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ ਅੱਜ ਆ ਜੀ ਸੈਨਡੇ ਨੂੰ ਆਪਣੀ ਹੁੰਦੀ ਹੈ ਮਿਕਸ ਕਲਾਸ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪੰਜਾਬੀ ਜੋ ਐਡੀਆਂ ਕਲਾਸਾਂ ਲੱਗੀਆਂ ਨੇ ਉਸ ਦੇ ਪ੍ਰਸ਼ਨ ਉੱਤਰ ਸੋ ਸਾਰੇ ਜਲਦੀ ਤੋਂ ਜਲਦੀ ਜੁਆਇਨ ਕਰੋ ਲਿੰਕ ਨੂੰ ਵੀ ਸ਼ੇਅਰ ਕਰ ਦਿਓ ਜੀ ਅੱਜ ਦੀ ਕਲਾਸ ਦੇ ਵਿੱਚ 100 ਕੁਐਸਚਨ ਨੇ ਸੋ ਆਨਸਰ ਤੁਹਾਡੇ ਫਟਾਫਟ ਆਉਣੇ ਚਾਹੀਦੇ ਆ ਨੈਟਵਰਕ ਦੀ ਸਮੱਸਿਆ ਕਰਕੇ ਲਾਈਵ ਦੇ ਵਿੱਚ ਹਰ ਜਾਨਾ ਹੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸੋ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਵੱਧਦੇ ਆਂ ਕੁਐਸਚਨ ਨੰਬਰ 1 ਦੇ ਵੱਲ ਟਾਈਟਲ ਇੱਥੇ ਰੋਂਗ ਦਿੱਤਾ ਹੋਇਆ ਹੈ ਇਹ ਫਰਸਟ ਕੁਐਸਚਨ ਲਈ ਆਨਸਰ ਕਰਿਆ ਜਾਵੇ ਫਰਸਟ ਕੁਐਸਚਨ ਹੈ ਜੀ ਇਹਦਾ ਵਾਰਿਸਾ ਦਾ ਜਨਮ ਕਦੋਂ ਤੇ ਕਿੱਥੇ ਹੋਇਆ ऑप्शन है सतारह सौ पंद्रह सतारह सौ पच्ची सी सतारह सौ पैंती डी सतारा सौ प्रश्न नंबर एक दी सही उत्तर चुने जाए मैक्स क्लास है जी आई दी इतने बाय मिस्टेक गलत टाइटल लिखा क्लास नंबर संताली संताली तो इकवंजा पाँच कलासा जॉक्रिया लगिया ने ठीक है जी ਉਹਨਾਂ ਦੇ ਮਿਕਸ ਕੁਐਸਚਨ ਅੱਜ ਦੀ ਕਲਾਸ ਦੇ ਵਿੱਚ ਸੋਸ਼ੀ ਕਾਲਜ 1735 ਜਿਨ੍ਹਾਂ ਨੇ ਆਨਸਰ ਕਰਿਆ ਬਿਲਕੁਲ ਠੀਕ ਹੈ ਕੁਐਸਚਨ ਨੰਬਰ 2 ਦੇ ਬਲਵੱਦੇ ਆ ਸ਼ਾ ਮੁਹੰਮਦ ਦਾ ਜਨਮ ਕਦੋਂ ਹੋਇਆ ਆਪਸ਼ਨ A 1782 20 1682 B 1672 C 1782 ਤੇ D 1772 கரੈਕਟ ਆਨਸਰ 2 ਨੰਬਰ ਲਈ ਚੁਣੋ ਜੀ ਹਾਂਜੀ ਦੋ ਨੰਬਰ ਲਈ ਆਨਸਰ ਕੀਤਾ ਜਾ ਰਿਹਾ ਸੀ ਆਪਸ਼ਨ ਸਬਦ ਹੀ ਸੀ ਆਨਸਰ ਆ ਰਿਹਾ 1782 ਹਾਂਜੀ ਸ਼ਾ ਮੁਹੰਮਦ ਦਾ ਜਨਮ ਹੋਇਆ 1782 ਦੇ ਵਿੱਚ ਕੁਐਸਚਨ ਨੰਬਰ 3 ਹੈ ਜੀ ਆਪਾਂ ਕੋਲ ਵਾਰਿਸ਼ਾ ਦੇ ਮੁਰਸ਼ਿਦ ਦਾ ਕੀ ਨਾਮ ਸੀ ਕুতਬ ਸ਼ਾ ਕਸੂਰੀ ਮੁਹੰਮਦ ਸ਼ਾ ਕਸੂਰੀ ਮਖਦੂਮ ਕਸੂਰੀ ਮਹਿਮੂਦ ਕਸੂਰੀ ਕਾਫੀ ਪ੍ਰੋਬਲਮ ਹੈ ਜੀ ਨੈਟਵਰਕ ਦੀ ਇਸ ਕਰਕੇ ਤੁਹਾਡੇ ਮੈਸੇਜ ਵੀ ਅ ਸ਼ੋ ਨਹੀਂ ਹੋ ਰਹੇ ਪ੍ਰਸਾਸ਼ਿਤ ਤੇ ਸ਼ੋ ਹੋ ਰਹੇ ਨੇ ਸੀ ਆਪਸ਼ਨ ਆਨਸਰ ਆ ਰਿਹਾ ਮਕਦਮ ਕਸੂਰੀ ਬਿਲਕੁਲ ਠੀਕ ਹੈ ਕੁਐਸਚਨ ਨੰਬਰ 4 ਦੇ ਵੱਲ ਵੱਧਦੇ ਹਾਂ ਸ਼ਾ ਮੁਹੰਮਦ ਦੀ ਜਾਤੀ ਕੀ ਸੀ ਆਪਸ਼ਨ A ਸੈयद ਬੀ ਕੁਰੇਸ਼ੀ ਸੀ ਸੇਕ ਤੇ D ਜਲਹ 4 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ 4 ਦੇ ਲਈ ਆਨਸਰ ਆ ਰਿਹਾ ਜੀ ਫਟਾਫਟ ਆਨਸਰ ਕਰੋ 4 ਦੇ ਲਈ B C C 10 ਲਈ 4 ਦੇ ਲਈ B ਆਪਸ਼ਨ ਆਨਸਰ ਆ ਰਿਹਾ ਜਿਹੜੇ ਵੀ ਆਪਸ਼ਨ B ਦੇ ਨਾਲ ਜਾ ਰਹੇ ਨੇ ਬਿਲਕੁਲ ਠੀਕ ਕੁਐਸਚਨ ਨੰਬਰ 5 5 ਨੰਬਰ ਹੈ ਜੀ ਬਬੂ ਬੋਸਿੰਗਨ ਸਰ ਵਾਰੀਸ਼ਾ ਦੀ ਜਨਮ ਭੂਮੀ ਕਿਹੜੀ ਹੈ ਆਪਸ਼ਨ A ਜਾਂਡੇ ਵਾਲਾ ਸ਼ੇਰਖਾਂ B ਮਲਤਾਨ C ਡੱਬੀਪੁਰ ਕਸੂਰ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 5 ਦੇ ਲਈ ਕਰੈਕਟ ਆਨਸਰ ਚੁਣੋ ਫਾਈਨ ਨੰਬਰ ਦੇ ਲਈ ਆਪਸ਼ਨ C ਆਨਸਰ ਕੀਤਾ ਜਾ ਰਿਹਾ ਡੱਬੀਪੁਰ ਕਸੂਰ ਬਿਲਕੁਲ ਸਹੀ ਆਨਸਰ ਹੈ ਕੁਐਸਚਨ ਨੰਬਰ 6 ਸ਼ਾਹ ਮੁਹੰਮਦ ਦੇ ਜੰਗਨਾਮੇ ਦੇ ਕੁੱਲ ਕਿੰਨੇ ਬੰਧ ਹਨ অপਸ਼ਨ A 101 B 103 C 105 D 107 ਪ੍ਰਸ਼ਨ ਨੰਬਰ 6 ਦੇ ਲਈ கரੈਕਟ ਆਨਸਰ ਕਰਿਆ ਜਾਵੇ 6 ਦੇ ਲਈ C ਆਪਸ਼ਨ 105 ਆਨਸਰ ਆਇਆ ਹੈ ਬਿਲਕੁਲ ਠੀਕ 7 ਨੰਬਰ ਕੁਐਸਚਨ ਹੈ ਵਾਰਿਸ਼ ਦੀ ਹੀਰ ਕਿਸ ਛੰਦ ਵਿੱਚ ਹੈ অপਸ਼ਨ A ਬਹਿਤ B ਦਵਈਆ C ਕੋੜਾ D ਨਿਸ਼ਾਨੀ ਪ੍ਰਸ਼ਨ ਨੰਬਰ 7 ਦੇ ਲਈ கரੈਕਟ ਆਨਸਰ ਚੁਣਿਆ ਜਾਵੇ ਸੋ 7 ਨੰਬਰ ਦੇ ਲਈ ਆ ਰਿਹਾ ਜੀ ਆਪਸ਼ਨ A ਆਨਸਰ ਬਿਲਕੁਲ ਠੀਕ ਹੈ ਜੀ ਬੈਂਤ ਛੰਦ ਦੇ ਵਿੱਚ ਕੁਐਸਚਨ ਨੰਬਰ 8 ਸ਼ਾ ਮੁਹੰਮਦ ਦੇ ਜਨਮ ਨਾਲ ਲਈ ਕਿਹੜਾ ਛੰਦ ਵਰਤਿਆ ਗਿਆ ਹੈ ਆਪਸ਼ਨ A ਦਵਈਆ B ਕੋੜਾ C ਬਹਿਤ D ਨਿਸ਼ਾਨੀ ਕੁਐਸਚਨ ਨੰਬਰ 8 ਦੇ ਲਈ ਕਰੈਕਟ ਆਨਸਰ ਚੁਣਿਆ ਜਾਵੇ ਜੀ 8 ਨੰਬਰ ਲਈ ਆ ਰਿਹਾ ਜੀ ਆਪਸ਼ਨ C ਇਹ ਮੈਕਸ ਆਨਸਰ शाह मुहम्मद जंग नाम मिली सी बैंत जिन्होंने आंसर किया बिल्कुल ठीक है जी कोशन नंबर नौ वारिस ने हीर रांझा किस्सा कदों लिखा ऑप्शन सतारह सौ बाहठ ईस्वी बी सतारह सौ त्रेंट ईस्वी सी सतारह सौ छियाहठ ईस्वी से डी सतारह सौ नीस्वी क्वाशन नंबर नौ लिये कुरैक्ट आंसर चुनाया जाए नौ नंबर दे आंसर आ रहा ऑप्शन सी सतारह सौ छियाहठ बिल्कुल सही क्षन नंबर दस है जी अपने को ਸ਼ਾਹ ਮੁਮਮਦੀ ਜੰਗਨਾਮੇ ਦੇ ਕਿੰਨੇ ਭਾਗ ਹਨ অপশন এ 1 b 2 c 3 d 4 ਸਹੀ ਉੱਤਰ ਚੁਣੋ ਕੁਐਸਚਨ ਨੰਬਰ 10 ਦੇ ਲਈ ਹਾਂਜੀ 10 ਨੰਬਰ ਲਈ অপশন b ਆਨਸਰ ਆ ਰਿਹਾ ਜੀ 2 ਜਿਨ੍ਹਾਂ ਦਾ ਵੀ 2 ਆਨਸਰ ਆਇਆ ਬਿਲਕੁਲ ਠੀਕ ਹੈ ਕੁਐਸਚਨ ਨੰਬਰ 11 ਵੱਲ ਵਧਦੇ ਹਾਂ 11 ਨੰਬਰ ਇਹ ਭਾਈ ਵੀਰ ਸਿੰਘ ਜੀ ਦਾ ਜਨਮ ਕਦੋਂ ਹੋਇਆ অপশন 5 ਦਸੰਬਰ 1872 B 5 ਸਤੰਬਰ 1882 C 5 ਸਤੰਬਰ 1872 D 5 ਦਸੰਬਰ 1882 ਕੁਐਸਚਨ ਨੰਬਰ 11 ਆਨਸਰ ਆ ਰਿਹਾ ਆਪਸ਼ਨ A ਜਿਨ੍ਹਾਂ ਨੇ ਵੀ ਕਰਿਆ ਜੀ ਇਹ ਆਨਸਰ ਬਿਲਕੁਲ ਸਹੀ ਹੈ ਬਾਕੀ ਕਰਨ ਜੀ ਨੋਟ ਡਾਊਨ ਕੁਐਸਚਨ ਨੰਬਰ 12 ਵੱਲ ਵਧਦੇ ਹਾਂ ਹਾਂ ਜੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕੁਐਸਚਨ ਨੰਬਰ 12 ਕੌਮੀ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਆਪਸ਼ਨ A ਨਜਾਬਤ B ਹਾਸ਼ਮ ਸ਼ਾਹ C ਸ਼ਾਹ ਮੁਹੰਮਦ ਤੇ ਡੀ ਅਹਿਮਦੇਰ ਕੁਐਸਚਨ ਨੰਬਰ 12 ਆਨਸਰ ਆ ਰਿਹਾ ਸੀ ਆਪਸ਼ਨ ਛਾ ਮੁਹੰਮਦ ਬਿਲਕੁਲ ਸਹੀ ਉੱਤਰ ਹੈ ਕੁਐਸਚਨ ਨੰਬਰ 13 ਵਾਰੀਸ਼ਾ ਕਿਸ ਸਹੀਰ ਵਿੱਚ ਕਿਸ ਕੌਮ ਦੀ ਨਿੰਦਿਆ ਕਰਦਾ ਹੈ ਆਪਸ਼ਨ ਏ ਕਮਿਆਰ ਬੀ ਮੁਸਲਮ C ਜੱਟ ਡੀ ਸੈਦ 13 ਨੰਬਰ ਲਈ ਸਹੀ ਉੱਤਰ ਚੁਣੋ ਜੀ ਪ੍ਰਸ਼ਨ ਨੰਬਰ 13 ਸਹੀ ਉੱਤਰ ਚੁਣਿਆ ਜਾਵੇ ਹਾਂ ਜੀ ਨੈਟਵਰਕ ਦੀ ਸਮੱਸਿਆ ਬਹੁਤ ਜ਼ਿਆਦਾ ਜੀ ਸੱਚੇ ਕਨੈਕਸ਼ਨ ਜਿਆਦਾ ਹੋ ਗਏ ਤੇ ਟਾਵਰ ਘਟ ਲਏ ਹੋਏ ਇਹਨਾਂ ਨੇ ਇਹ ਹੀ ਹੋ ਜਾਂਦਾ ਆਨਸਰ ਆ ਰਿਹਾ 13 ਦੇ ਲਈ ਸੀ ਆਪਸ਼ਨ ਜੱਟ ਬਿਲਕੁਲ ਠੀਕ ਹੈ ਕੁਐਸਚਨ ਨੰਬਰ 14 ਦੇ ਬਲਵੱਦ ਨੇ ਜੰਗਨਾਮੇ ਦੇ ਦੂਜੇ ਭਾਗ ਵਿੱਚ ਕਿਸ ਦਾ ਜ਼ਿਕਰ ਹੈ ਆਪਸ਼ਨ A ਲੜਾਈ ਦੇ ਕਾਰਨ B ਲੜਾਈ ਦਾ ਵਰਣਨ C ਲੜਾਈ ਦੇ ਸਿੱਟੇ ਤੇ D B ਅਤੇ C கரੈਕਟ ਆਨਸਰ ਕੁਐਸਚਨ ਨੰਬਰ 14 ਲਈ ਕਰੋ 14 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਆਨਸਰ ਡੀ ਆਪਸ਼ਨ ਆ ਰਿਹਾ ਬਿਲਕੁਲ ਠੀਕ ਹੈ ਜੀ ਪਹਿਲਾ ਭਾਗ ਲੜਾਈ ਦੇ ਕਾਰਨ ਹੈ ਬਾਕੀ ਦੋਵੇਂ ਦੂਜੇ ਭਾਗ ਦੇ ਵਿੱਚ ਸ਼ਾਮਿਲ ਨੇ ਕੁਐਸਚਨ ਨੰਬਰ 15 ਵਾਰਿਸ ਸ਼ਾਹੀ ਮਜ਼ਾਰ ਕਿੱਥੇ ਹੈ ਆਪਸ਼ਨ A ਜਾਂਡੇ ਵਾਲਾ B ਮਲਤਾਨ C 라ਵਲਪਿੰਡੀ ਤੇ D ਇਹਨਾਂ ਵਿੱਚੋਂ ਕਿਤੇ ਵੀ ਨਹੀਂ 15 ਨੰਬਰ ਲਈ ਕਰੈਕਟ ਆਨਸਰ ਚੁਣਿਆ ਜਾਵੇ ਸੋ 15 ਨੰਬਰ ਦੇ ਲਈ ਆਨਸਰ ਆ ਰਿਹਾ ਜੀ ਆਪਸ਼ਨ A B ਮਿਕਸ ਵਾਰਿਸ ਸ਼ਾਹ ਦੀ ਮਜ਼ਾਰ ਜਾਂਡੇ ਵਾਲਾ ਬਿਲਕੁਲ ਠੀਕ ਜਿਹੜੇ ਵੀ ਆਪਸ਼ਨ A ਦੇ ਨੌਲੇਜ ਆ ਰਹੇ ਨੇ ਕੁਐਸਚਨ ਨੰਬਰ 16 ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਕਿਹੜੀ ਔਰਤ ਦੀ ਪੰਡੀ ਕਰਦਾ ਹੈ ਹਾਂਜੀ ਸ਼ਾਹ ਮੁਹੰਮਦ ਜੰਗਨਾਮੇ ਵਿੱਚ ਕਿਹੜੀ ਔਰਤ ਦੀ ਪੰਡੀ ਕਰਦਾ ਹੈ ਆਪਸ਼ਨ A ਰਾਜਕੌਰ B ਸਦਕੌਰ C ਮਹਾਰਾਣੀ ਜਿੰਦ ਅਤੇ D ਉਪਰਕਤ ਸਾਰੀਆਂ ਆਨਸਰ ਆ ਰਿਹਾ ਸੀ ਆਪਸ਼ਨ ਬਿਲਕੁਲ ਠੀਕ ਹੈ ਜਿਨ੍ਹਾਂ ਨੇ C ਚੁਣਿਆ ਕੁਐਸਚਨ ਨੰਬਰ 17 ਸਸਰੀ ਕਾਲਜ 17 ਨੰਬਰ ਇਹ ਵਾਰਿਸ ਦੀ ਹੀਰ ਦੇ ਕਿੰਨੇ ਬੰਦ ਹਨ অপশন এ 601 b 611 c 621 ਤੇ d 601 सही आंसर करो क्वेश्चन नंबर 17 ਦੇ ਲਈ 17 ਨੰਬਰ ਦੇ ਲਈ ਆ ਰਿਹਾ ਜੀ b অপশন 611 ਬਿਲਕੁਲ ਸਹੀ क्वेश्चन नंबर 18 ਵਾਰਿਸ ਦੇ ਕਿੱਸੇ ਵਿੱਚ ਕਿਸ ਦੀ ਚੌਕੀ ਪੇਸ਼ ਹੁੰਦੀ ਹੈ অপশন a ਮੁਗਲਾਂ ਦੇ ਅਤਿਆਚਾਰ b ਜੱਟਾਂ ਦੀ ਮਾਨਸਿਕਤਾ c ਪੰਜਾਬੀ ਸੱਭਿਆਚਾਰ d ਪ੍ਰੇਮ ਦੀ ਖਾਤਮੇ क्वेश्चन नंबर 18 ਲਈ கரੈਕਟ ਆਨਸਰ ਕਰੋ ਸਤਿ ਸ਼੍ਰੀ ਅਕਾਲ ਜੀ ਸੋ 18 ਨੰਬਰ ਦੇ ਲਈ ਆਨਸਰ ਆ ਰਿਹਾ ਸੀ ਆਪਸ਼ਨ ਪੰਜਾਬੀ ਸੱਭਿਆਚਾਰ ਬਿਲਕੁਲ ਜੀ ਸਭ ਤੋਂ ਵਧੀਆ ਚ ਲੱਗਦਾ ਇਸ ਕਿਸੇ ਵਿੱਚ ਕੁਐਸਚਨ ਨੰਬਰ 19 ਵਾਰਿਸ਼ਾ ਦੀ ਪ੍ਰੇਮਿਕਾ ਦਾ ਕੀ ਨਾਮ ਸੀ ਆਪਸ਼ਨ A ਅਰੁਣਾ B ਲਾਇਵੰਤੀ C ਪਾਗਪਰੀ D ਮਨਹੋਰੀ ਕੁਐਸਚਨ ਨੰਬਰ 19 ਸਹੀ ਆਨਸਰ ਕਰੋ ਜੀ 19 ਦੇ ਲਈ ਆ ਰਿਹਾ ਜੀ ਸੀ ਆਪਸ਼ਨ ਪਾਗਪਰੀ ਬਿਲਕੁਲ ਠੀਕ ਹੈ ਪਿਛਲੇ ਪ੍ਰਸ਼ਨ ਦੇ ਵਿੱਚ ਵੀ ਆਪਾਂ ਇੱਥੇ ਮੈਂਸ਼ਨ ਕੀਤਾ ਹੋਇਆ ਜਿਨ੍ਹਾਂ ਨੇ ਧਿਆਨ ਨਾਲ ਦੇਖਿਆ ਹੈ ਜਰੂਰ ਸਹੀ ਆਨਸਰ ਕਰ ਸਕਣਗੇ ਕੁਐਸਚਨ ਨੰਬਰ 20 ਵਾਰਿਸ ਦੀਆਂ ਵਾਰਿਸ ਹੀਰ ਦੀਆਂ ਕਿੰਨੀਆਂ ਸੈਗਲੀਆਂ ਦੱਸਦਾ ਹੈ অপਸ਼ਨ A 60 B 100 C 378 ਤੇ D 365 ਕੁਐਸਚਨ ਨੰਬਰ 20 অপਸ਼ਨ A ਆਨਸਰ ਆ ਰਿਹਾ ਜੀ 20 ਨੰਬਰ ਦੇ ਲਈ 60 ਬਿਲਕੁਲ ਠੀਕ ਹੈ ਜਿਹੜੇ ਵੀ অপਸ਼ਨ A ਦੇ ਨਾਲ ਜਵਰ ਨਹੀਂ ਹੈ ਕੁਐਸਚਨ ਨੰਬਰ 21 ਹਮਦ ਦਾ ਕੀ ਅਰਥ ਹੈ অপਸ਼ਨ A ਪ੍ਰਾਰਥਨਾ B ਵਿਵਸਥਾ C ਬੇਨਤੀ D ਸਾਰੇ ਸਹੀ கரெக்ட் ஆன்சர் 21 ਨੰਬਰ ਲਈ ਚੁਣੋ ਜੀ 21 ਦੇ ਲਈ ਸਹੀ ਉੱਤਰ ਆ ਰਿਹਾ ਜੀ ਡੀ ਆਪਸ਼ਨ ਸਾਰੇ ਹੀ ਸਹੀ ਨੇ ਬਿਲਕੁਲ ਸਹੀ ਹੈ ਕੁਐਸਚਨ ਨੰਬਰ 22 ਸ਼ਾ ਮੁਹੰਮਦ ਨੇ ਕਿਹੜੇ ਰਸ ਦੀ ਵਰਤੋਂ ਕੀਤੀ ਹੈ ਆਪਸ਼ਨ A वीर 비ਕਰुणा C ਸਿਰਫ A ਤੇ D A ਅਤੇ B ਦੋਵੇਂ ਹੀ ਕੋਰੈਕਟ ਆਨਸਰ 22 ਨੰਬਰ ਲਈ ਚੁਣੋ ਜੀ 22 ਦੇ ਲਈ ਆ ਰਿਹਾ ਜੀ ਡੀ ਆਪਸ਼ਨ ਬਿਲਕੁਲ ਠੀਕ ਹੈ ਜੀ वीर ਤੇ করুণਾ ਰਸ ਇਸ ਤੋਂ ਲਗ ਹੋਰ ਵੀ ਬਾਕੀ ਰਸਾਂ ਦੀ ਵਰਤੋਂ ਵੀ ਕੀਤੀ ਗਈ ਹੈ ਕੁਐਸਚਨ ਨੰਬਰ ਈਯਾ ਵਾਰਿਸ਼ਾ ਨੇ ਕਿੱਥੇ ਬੈਠ ਕੇ ਹੀਰ ਦਾ ਕਿੱਸਾ ਲਿਖਿਆ ਆਪਸ਼ਨ ਹੈ ਸ਼ੇਰਖਾਂ ਬੀ ਮਲਕਹਾਂਸ ਸੀ ਸ਼ੇਖੂਪੁਰਾ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ 23 ਨੰਬਰ ਲਈ ਕਰੈਕਟ ਆਨਸਰ ਚੁਣੋ ਜੀ 23 ਦੇ ਲਈ ਆਨਸਰ ਆ ਰਿਹਾ ਆਪਸ਼ਨ ਬੀ ਮਲਕਹਾਂਸ ਸੋ ਜਿਹੜੇ ਵੀ ਆਨਸਰ ਕਰ ਰਹੇ ਨੇ ਬੀ ਆਪਸ਼ਨ ਬਿਲਕੁਲ ਠੀਕ ਕੁਐਸਚਨ ਨੰਬਰ 24 ਸ਼ਮਮ ਮੱਦ ਜੰਗਨਾਮਾ ਕਿਸ ਸਦੀ ਦੇ ਮਾਦੀ ਰਚਨਾ ਹੈ ਆਪਸ਼ਨ ਹੈ 17ਵੀਂ ਬੀ 18ਵੀਂ ਸੀ 19ਵੀਂ ਡੀ 20ਵੀਂ ਕੁਐਸਚਨ ਨੰਬਰ 24 ਕਰੋ ਜੀ கரெક્ટ ਆਨਸਰ ਕਿ ਸਦੀ ਦੇ ਮੱਧ ਦੀ ਰਚਨਾ ਹੈ 24 ਦੇ ਲਈ ਆਨਸਰ ਆ ਰਿਹਾ ਹੈ ਬੀ ਆਪਸ਼ਨ ਤੇ ਸੀ ਆਪਸ਼ਨ ਸੀ ਜਿਨ੍ਹਾਂ ਨੇ ਆਨਸਰ ਕਰਿਆ 19ਵੀ ਬਿਲਕੁਲ ਠੀਕ ਹੈ ਬਾਕੀ ਕਰੰਜੀ ਨੋਟ ਡਾਉਨ ਲਗਭਗ 1846 ਦੀ ਇਹ ਰਚਨਾ ਹੈ ਕੁਐਸਚਨ ਨੰਬਰ 25 ਵਾਰੀ ਸ਼ਾਹਸ اور ਹੀ ਦੇ ਸੌਰੇ ਕਿੱਥੇ ਸਨ ਆਪਸ਼ਨ A ਤਖਤ ਹਜ਼ਾਰਾ B ਸੈਦਪੁਰ C ਰਾਂਗਪੁਰ ਖੜੇ D ਚੰਦ 25 ਨੰਬਰ ਲਈ கரெક્ટ ਆਨਸਰ ਕਰੋ ਜੀ 25 ਦੇ ਲਈ கரெક્ટ ਆਨਸਰ ਕੀਤਾ ਜਾ ਰਿਹਾ ਹੈ ਆਪਸ਼ਨ C ਰਾਂਗਪੁਰ ਰੰਗ ਪਰ ਖੜੇ ਬਿਲਕੁਲ ਠੀਕ ਹੈ ਜਿਹੜੇ ਵੀ ਆਨਸਰ ਕਰ ਰਹੇ ਨੇ ਸੀ ਕੁਐਸਚਨ ਨੰਬਰ 26 ਡਾਕਟਰ ਦਿਵਾਨ ਸਿੰਘ ਕਾਲੀਪਾਣੀ ਇਸ ਰਚਨਾ ਯਾਨੀ ਕਿ ਸ਼ਾ ਮੁਹੰਮਦ ਜੰਗਨਾਮਾ ਹੈ ਉਸ ਨੂੰ ਕੀ ਮੰਨਦੇ ਹਨ ਆਪਸ਼ਨ A ਵਰ B ਕਿੱਸਾ ਸੀ ਜੰਗਨਾਮਾ D ਮਸਨਵੀ 26 ਨੰਬਰ ਲਈ ਕਰੈਕਟ ਆਨਸਰ ਚੁਣਿਆ ਜਾਵੇ 26 ਦਾ ਆਇਆ ਜੀ ਬੀ ਆਪਸ਼ਨ ਕਿੱਸਾ ਮੰਨਦੇ ਹਨ ਬਿਲਕੁਲ ਸਹੀ ਉੱਤਰ ਹੈ ਕੁਐਸਚਨ ਨੰਬਰ 27 encyclopedia of literature ਵਿੱਚ ਕਿਸ ਨੂੰ ਪੰਜਾਬੀ ਦਾ ਵੱਡਾ ਸ਼ਾਇਰ ਕਿਹਾ ਗਿਆ ਹੈ অপਸ਼ਨ A ਬੁੱਲੇ ਸ਼ਾ B ਸ਼ਾਹ ਸੈਨ C ਕਦਰੀ ਜਾਂ D ਵਾਰਿਸ਼ ਕੁਐਸਚਨ ਨੰਬਰ 27 கரੈਕਟ ਆਨਸਰ ਕਰੋ ਜੀ 27 ਨੰਬਰ ਦੇ ਲਈ ਆ ਰਿਹਾ ਜੀ D অপਸ਼ਨ ਬਿਲਕੁਲ ਠੀਕ ਹੈ ਜੀ ਜਿਹੜੇ ਵੀ ਆਨਸਰ ਕਰ ਰਹੇ ਨੇ ਵਾਰਿਸ਼ਾ ਕੁਐਸਚਨ ਨੰਬਰ 28 ਵੱਲ ਵੱਧਦੇ ਹਾਂ ਜੀ 28 ਨੰਬਰ ਸ਼ਾਹ ਮੁਹੰਮਦ ਦੇ ਜੰਗਨਾਮੇ ਦੀਆਂ ਕਿੰਨੀਆਂ ਸਤਰਾਂ ਹਨ অপਸ਼ਨ A 620 B 720 C 820 ਤੇ D 920 28 ਨੰਬਰ ਲਈ கரੈਕਟ ਆਨਸਰ ਚੁਣੋ অপਸ਼ਨ C ਆਨਸਰ ਆਇਆ ਜੀ 28 ਨੰਬਰ ਦੇ ਲਈ C ਤੇ B ਦੋਵੇਂ ਹੀ ਆਨਸਰ ਕੀਤੇ ਜਾ ਰਹੇ ਨੇ ਜਿਨ੍ਹਾਂ ਨੇ 820 ਚੁਣਿਆ ਹੈ ਬਿਲਕੁਲ ਠੀਕ ਬਾਕੀ ਕਰਨ ਜੀ ਨੋਟ ਡਾਉਨ ਕੁਐਸਚਨ ਨੰਬਰ 29 ਹੀਰ ਕਿਸੇ ਦਾ ਆਰੰਭ ਕਿਸ ਨਾਲ ਹੁੰਦਾ ਹੈ অপਸ਼ਨ A ਹੀਰ ਰਾਂਝੀ ਦੀ ਮੁਲਾਕਾਤ B ਹੀਰ ਤੇ ਉਸ ਦੀ ਮਾਂ ਦੀ ਮਤਲਬ C ਮੰਗਲਾਚਰਨ ਨਾਲ ਤੇ ਡੀ ਦੋਹੇ ਨਾਲ ਕੁਐਸਚਨ ਨੰਬਰ 29 கரੈਕਟ ਆਨਸਰ ਆ ਰਿਹਾ ਜੀ ਸੀ ਆਪਸ਼ਨ ਮੰਗਲਾਚਰਨ ਨਾਲ ਜਿਹੜੇ ਵੀ ਆਨਸਰ ਕਰ ਰਹੇ ਨੇ ਮੰਗਲਾਚਰਨ ਨਾਲ ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਕੁਐਸਚਨ ਨੰਬਰ 30 ਮੌਲਾ ਬਖਸ਼ ਕੁਸ਼ਤੋਂ ਦੀ ਪੁਸਤਕ ਪੰਜਾਬ ਦੇ ਹੀਰੇ ਅੰਸਾਰ ਸ਼ਾਹ ਮੁਹੰਮਦ ਦਾ ਜਨਮ ਕਦੋਂ ਹੋਇਆ ਆਪਸ਼ਨ 1780 ਤੋਂ 82 20 82 ਤੋਂ 84 ਦੇ ਵਿਚਕਾਰ ਸੀ 84 ਤੋਂ 86 ਦੇ ਵਿਚਕਾਰ ਤੇ ਡੀ 86 ਤੋਂ 88 ਦੇ ਵਿਚਕਾਰ கரੈਕਟ ਆਨਸਰ ਕੁਐਸਚਨ ਨੰਬਰ 30 ਦੇ ਲਈ ਚੁਣਿਆ ਜਾਵੇ 30 ਨੰਬਰ ਲਈ ਬੀ ਆਪਸ਼ਨ 1782 ਤੋਂ 84 ਆਨਸਰ ਆਇਆ ਏ ਆਪਸ਼ਨ ਵੀ ਆ ਰਿਹਾ ਮੈਕਸ ਆਨਸਰ ਆ ਰਹੇ ਨੇ ਕੁਐਸਚਨ ਨੰਬਰ 30 ਦੇ ਲਈ ਜਿਨ੍ਹਾਂ ਨੇ ਆਨਸਰ ਕਰਿਆ 1780 ਤੋਂ 82 ਬਿਲਕੁਲ ਸਹੀ ਹੈ ਬਾਕੀ ਕਰਨ ਜੀ ਨੋਟ ਡਾਊਨ ਕੁਐਸਚਨ ਨੰਬਰ 31 ਮੇਰੀ ਬੋਲੀ ਦੇ ਵਾਰਸਾ ਸਚਮੰਨੀ ਮੰਨਾ ਮੈਂ ਪੰਜਾਬ ਦਾ ਪੀਰ ਤੈਨੂੰ ਇਹ ਸਤਰਾਂ ਕਿਸ ਦੀਆਂ ਨੇ ਆਪਸ਼ਨ ਏ ਵਿਦਾਤਾ ਸਿੰਘ ਤੀਰ ਬੀ ਅਮਰਤਾ ਪ੍ਰੀਤਮ ਸੀ ਅਜੀਤ ਕੌਰ ਤੇ ਦੇ ਦੀਪਕ 31 ਨੰਬਰ ਲਈ ਆਪਸ਼ਨ A ਅਨਸਰ ਆ ਰਿਹਾ ਜੀ ਬਾਕੀ ਵੀ ਕਰਨ ਲੱਗ ਪਕ ਸਾਰੇ ਹੀ A ਦੇ ਨਾਲ ਜਾ ਰਹੇ ਨੇ B ਆਪਸ਼ਨ ਵੀ ਆਇਆ ਹੈ 31 ਦੇ ਲਈ ਜਿਨ੍ਹਾਂ ਨੇ A ਚੁਣਿਆ ਵਿਦਾਤਾ ਸਿੰਘ ਤੀਰ ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਕੁਐਸਚਨ ਨੰਬਰ 32 ਸ਼ਾ ਮੁਹੰਮਦ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਕਿਸ ਨੇ ਕਿਹਾ ਹੈ ਆਪਸ਼ਨ A ਮੋਹਨ ਸਿੰਘ ਦੀਵਾਨਾ B ਸਤਿੰਦਰ ਸਿੰਘ ਨੂਰ C ਪਿਆਰਾ ਸਿੰਘ ਪਦਮ ਤੇ D ਪ੍ਰੀਤਮ ਸਿੰਘ ਸਫੀਰ ਕੁਐਸਚਨ ਨੰਬਰ 32 ਲਈ ਕਰੈਕਟ ਅਨਸਰ ਚੁਣਿਆ ਜਾਵੇ 32 ਨੰਬਰ ਦੇ ਲਈ ਬੀ ਆਪਸ਼ਨ ਚੁਣਿਆ ਜਾ ਰਿਹਾ ਸਤੇਂਦਰ ਸਿੰਘ ਨੂਰ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਆਨਸਰ ਕੀਤਾ ਸਤੇਂਦਰ ਸਿੰਘ ਨੂਰ ਕੁਐਸਚਨ ਨੰਬਰ 33 ਹੀਰ ਵਰਸ ਦੀਆਂ ਕਮੀਆਂ ਹਨ ਆਪਸ਼ਨ A ਅਸ਼ਲੀਲਤਾ B ਬਿਲੋੜਾ ਵਿਸਤਾਰ C ਤੁਕਾਂ ਤੇ ਮਾਤਰਾਵਾਂ ਦੀ ਗਿਣਤੀ ਤੇ D ਸਾਰੀਆਂ 33 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ ਪ੍ਰਸ਼ਨ ਨੰਬਰ 33 ਆਨਸਰ ਹੈ ਆਪਸ਼ਨ D ਉਕਤ ਸਾਰੀਆਂ ਹੀ ਬਿਲਕੁਲ ਸਹੀ ਹੈ ਕੁਐਸਚਨ ਨੰਬਰ 34 ਸ਼ਾ ਮੁਹੰਮਦ ਦੀ ਜੰਗਨਾਮੇ ਦੀ ਮੂਲ ਭਾਵਨਾ ਕੀ ਹੈ অপਸ਼ਨ A ਜੰਗੀ ਹਲਕਤ B ਦੇਸ਼ ਪਿਆਰ C ਵੀਰਤਾ ਤੇ D ਇਸਤਰੀ ਦਾ ਸਤਿਅਕ 34 ਨੰਬਰ ਲਈ கரੈਕਟ ਆਨਸਰ ਚੁਣਿਆ ਜਾਵੇ ਪ੍ਰਸ਼ਨ ਨੰਬਰ 34 ਆਨਸਰ ਹੈ B অপਸ਼ਨ ਦੇਸ਼ ਪਿਆਰ ਬਿਲਕੁਲ ਠੀਕ ਹੈ ਜਿਹੜੇ ਵੀ অপਸ਼ਨ B ਦੇ ਨਾਲ ਜਾ ਰਹੇ ਨੇ 35 ਨੰਬਰ ਇਹ ਰਾਂਝੇ ਦਾ ਪਿੰਡ ਕਿਹੜਾ ਸੀ অপਸ਼ਨ A ਤਤਹਜਾਰਾ B ਸੈਦਪੁਰ C ਰੰਗਪੁਰ ਕਿਹੜੇ ਤੇ D ਚੰਗ 35 ਨੰਬਰ ਕੁਐਸਚਨ ਲਈ கரੈਕਟ ਆਨਸਰ ਕਰੋ ਜੀ 32 ਦਾ ਅਨਸਰ ਹੈ ਜੀ ਏ ਆਪਸ਼ਨ ਤਖਤ ਹਜ਼ਾਰਾ ਮੋਸਟਲੀ ਏ ਅਨਸਰ ਕੀਤਾ ਜਾ ਰਿਹਾ ਸੋ ਜਿਨੇ ਵੀ ਅਨਸਰ ਕੀਤਾ ਜੀ ਆਪਸ਼ਨ ਏ ਬਿਲਕੁਲ ਸਹੀ ਹੈ ਬਾਕੀ ਇਕ ਰੰਜੀਤ ਨੋਟ ਡਾਉਨ ਕੁਐਸਚਨ ਨੰਬਰ 36 ਬਲਵੱਦਿਆਂ ਜੰਗਨਾਮੇ ਦੀ ਵਾਰਤਾ ਕਿੰਨੇ ਬੰਦ ਤੋਂ ਸ਼ੁਰੂ ਹੁੰਦੀ ਹੈ ਆਪਸ਼ਨ ਏ ਨੌਵੇਂ 20 ਸਤਵੇਂ ਸੀ ਪੰਜਵੇਂ ਤੇ ਡੀ 30 ਜੀ ਸਹੀ ਉੱਤਰ ਕੁਐਸਚਨ ਨੰਬਰ 36 ਲਿਖੋ 36 ਨੰਬਰ ਦੇ ਲਈ ਆਨਸਰ ਆ ਰਿਹਾ ਸੀ ਆਪਸ਼ਨ 5 ਵੇ ਜਿਹੜੇ ਵੀ ਸੀ ਚੁਣਦੇ ਨੇ ਬਿਲਕੁਲ ਠੀਕ ਬਾਕੀ ਕਰਨ ਜੀ ਨੋਟ ਡਾਉਨ ਕੁਐਸਚਨ ਨੰਬਰ 37 ਹੀਰ ਦਾ ਪਿੰਡ ਕਿਹੜਾ ਸੀ ਆਪਸ਼ਨ A ਤਖਤ ਹਜ਼ਾਰਾ B ਸੈਦਪੁਰ C ਰੰਗਪੁਰ ਖੇੜੇ ਤੇ D ਚੰਗ ਕੁਐਸਚਨ ਨੰਬਰ 37 கரੈਕਟ ਆਨਸਰ ਚੁਣਿਆ ਜਾਵੇ 37 ਨੰਬਰ ਦੇ ਲਈ 37 ਲਈ D ਆਪਸ਼ਨ ਆਨਸਰ ਆ ਰਿਹਾ ਚੰਗ ਬਿਲਕੁਲ ਸਹੀ ਉੱਤਰ ਇਹ ਕੁਐਸਚਨ ਨੰਬਰ 38 ਹੈ ਆਪਣੇ ਕੋਲ ਜੰਗਨਾਮੇ ਦੇ ਕਿੰਨੇ ਬੰਦਾ ਤੱਕ ਲੜਾਈ ਦਾ ਇਤਿਹਾਸਿਕ ਪਛੋਕੜ ਪੇਸ਼ ਕੀਤਾ ਗਿਆ অপਸ਼ਨ ਹੈ ਤੀਜੇ ਤੋਂ 19ਵੇਂ ਵੀ 5ਵੇਂ ਤੋਂ 49ਵੇਂ ਸੀ 7ਵੇਂ ਤੋਂ 59 69ਵੇਂ ਤੇ ਸੀ 9ਵੇਂ ਤੋਂ 79ਵੇਂ ਕੁਐਸਚਨ ਨੰਬਰ 38 ਆਨਸਰ ਆ ਰਿਹਾ ਬੀ অপਸ਼ਨ 5ਵੇਂ ਤੋਂ 49ਵੇਂ ਮੋਸਟਲੀ ਬੀ ਆਨਸਰ ਦੇ ਨਾਲ ਹੀ ਜਾ ਰਹੇ ਨੇ ਲਗਭਗ ਸਾਰੇ ਬਿਲਕੁਲ ਠੀਕ ਹੈ ਜਿਨ੍ਹਾਂ ਦਾ ਆਨਸਰ অপਸ਼ਨ ਬੀ ਕੁਐਸਚਨ ਨੰਬਰ 41 ਰਾਜਾ ਰਾਂਝਾ ਰਾਂਗਪੁਰ ਦੀ ਜੂ ਚਹੀਰ ਦਾ ਹਾਲ ਕਿਸ ਨੂੰ ਪੁੱਛਦਾ ਹੈ ਕਿਸ ਤੋਂ ਪੁੱਛਦਾ ਹੈ ਆਪਸ਼ਨ ਇਹ ਕਮਿਆਰ B, A, D, C ਵਨ ਜਾ ਰਹੇ ਤੇ D ਰਾਹੀ ਕੁਐਸਚਨ ਨੰਬਰ 39 கரੈਕਟ ਆਨਸਰ ਕੁਐਸਚਨ ਨੰਬਰ 39 ਦੇ ਲਈ B ਆ ਰਿਹਾ ਜੀ A ਦੀ ਬਿਲਕੁਲ ਠੀਕ ਹੈ ਜਿਹੜੇ ਵੀ ਆਨਸਰ B ਦੇ ਨਾਲ ਜਾ ਰਹੇ ਨੇ 40 ਨੰਬਰ ਇਹ ਜੰਗਨਾਮੇ ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਦਾ ਵਰਣਨ ਕਿੰਨੇ ਤੋਂ ਕਿੰਨੇ ਬੰਦ ਤੱਕ ਹੈ ਆਪਸ਼ਨ ਇਹ 95 ਤੋਂ 99, 20 97 ਤੋਂ 99, C 99 ਤੋਂ 103 ਤੇ D 99 ਤੋਂ 107 40 ਨੰਬਰ ਲਈ ਆਨਸਰ ਆ ਰਿਹਾ ਜੀ ਏ ਆਪਸ਼ਨ ਬਾਕੀ ਕੈਂਡੀਡੇਟ ਵੀ ਕਰਨ ਕੁਐਸਚਨ ਨੰਬਰ 40 ਦਾ கரੈਕਟ ਆਨਸਰ ਮੋਸਟਲੀ ਏ ਬਿਲਕੁਲ ਠੀਕ ਹੈ ਬੀ ਆਪਸ਼ਨ ਵੀ ਵੈਸੇ ਆਇਆ ਹੈ ਪਰ கரੈਕਟ ਆਨਸਰ 95 ਤੋਂ 99 ਕੁਐਸਚਨ ਨੰਬਰ 41 ਵਾਰਿਸ਼ਾ ਦੀ ਜਾਤ ਕਿਹੜੀ ਸੀ ਆਪਸ਼ਨ ਏ ਸੈयद ਬੀ ਕੁਰੇਸ਼ੀ ਸੀ ਫੈਜ਼ ਤੇ ਡੀ ਸੁਲੇਮਾਨੀ ਕੁਐਸਚਨ ਨੰਬਰ 41 ਸਹੀ ਆਨਸਰ ਚੁਣਿਆ ਜਾਵੇ 41 ਨੰਬਰ ਦੇ ਲਈ ਆ ਰਿਹਾ ਬੀ ਆਪਸ਼ਨ ਬਾਕੀ ਵੀ ਕਰਨ ਜੀ ਮੋਸਟਲੀ ਬੀ ਤੇ ਏ ਆਨਸਰ ਕੀਤੇ ਜਾ ਰਹੇ ਨੇ 41 ਨੰਬਰ ਦੇ ਲਈ ਜਿਹੜੇ ਵੀ ਆਪਸ਼ਨ A ਦੇ ਨਾਲ ਜਾ ਰਹੇ ਨੇ ਸਹੀ ਹੈ ਬਿਲਕੁਲ ਠੀਕ ਹੈ ਬਾਕੀ ਕਰੰਚੀ ਨੋਟ ਡਾਉਨ ਕੁਐਸਚਨ ਨੰਬਰ 42 ਕਿਸ ਬੰਦੇ ਵਿੱਚ ਸ਼ਾ ਮੁਹੰਮਦ ਰਾਣੀ ਜਿੰਦਾਂ ਨੂੰ ਸਾਰੀ ਲੜਾਈ ਦਾ ਕਾਰਨ ਮੰਨਦਾ ਹੈ ਆਪਸ਼ਨ A 101 B 102 C 103 D 105 ਸਹੀ ਆਨਸਰ ਕੁਐਸਚਨ ਨੰਬਰ 42 ਲਈ ਕਰੋ 42 ਦਾ B ਤੇ D ਦੋਹਾਂ ਹੀ ਆਨਸਰ ਕੀਤੇ ਜਾ ਰਹੇ ਨੇ ਜਿਨ੍ਹਾਂ ਨੇ ਆਨਸਰ ਕੀਤਾ 102 B ਆਪਸ਼ਨ ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਡਾਉਨ 43 ਨੰਬਰ ਬਨਾਰਸੀ ਦਾਸ ਨੇ ਵਾਰਿਸ ਦੀ ਤੁਲਨਾ ਕਿਸ ਨਾਲ ਕੀਤੀ ਹੈ ਆਪਸ਼ਨ A ਕਬੀਰ B ਕਾਲੀਦਾਸ C ਸੂਰਦਾਸ D ਇਹਨਾਂ ਵਿੱਚੋਂ ਕੋਈ ਵੀ ਨਹੀਂ 43 ਨੰਬਰ ਲਈ ਕਰੈਕਟ ਆਨਸਰ ਚੁਣੋ ਜੀ ਹੁ ਬਨਾਰਸੀ ਦਾ ਸੌਰੀ ਬਨਾਰਸੀ ਦਾਸ ਨੇ ਵਾਰਿਸ ਦੀ ਤੁਲਨਾ ਕਿਸ ਨਾਲ ਕੀਤੀ ਹੈ ਆਨਸਰ ਆ ਰਿਹਾ ਹੈ ਬੀ ਆਪਸ਼ਨ ਕਾਲੀਦਾਸ ਬਿਲਕੁਲ ਠੀਕ ਹੈ ਜਿਹੜੇ ਵੀ ਆਨਸਰ ਬੀ ਦੇ ਨਾਲ ਜਾਰੀ ਨੇ ਕੁਐਸਚਨ ਨੰਬਰ 44 ਤਨੀਰਾਮ ਚਾਤਰੀਕ ਦਾ ਜਨਮ ਕਦੋਂ ਹੋਇਆ ਆਪਸ਼ਨ A 4 ਅਕਤੂਬਰ 1856 B 4 ਅਕਤੂਬਰ 1864 C 4 ਅਕਤੂਬਰ 1876 D 4 ਅਕਤੂਬਰ 1886 ਸਹੀ ਉੱਤਰ ਕੁਐਸਚਨ ਨੰਬਰ 44 ਲਈ ਚੁਣਿਆ ਜਾਵੇ ਆਨਸਰ ਆ ਰਿਹਾ ਸੀ ਆਪਸ਼ਨ 4 ਅਕਤੂਬਰ 1876 ਬਿਲਕੁਲ ਸਹੀ ਹੈ ਹਾਂਜੀ ਪੱਸੀਆਂ ਵਾਲਾ ਸ਼ੇਖੂਪੁਰਾ ਵੀ ਆਨਸਰ ਮਿਲਦਾ ਹੈ ਤੇ ਇਹ ਲੌਪੋ ਕੇ ਬਾਅਦ ਚ ਆ ਗਈ ਸੀ ਇਹ ਕੁਐਸਚਨ ਨੰਬਰ 45 ਇਹ ਮੋਹਨ ਸਿੰਘ دیਵਾਨਾ ਵਾਰਿਸ਼ ਦੀ ਤੁਲਨਾ ਕਿਸ ਨਾਲ ਕਰਦਾ ਹੈ ਆਪਸ਼ਨ A ਬੁੱਲੇ ਸ਼ਾਹ ਬੀਬੀ ਸ਼ਾਹ ਹਸਨ C ਦੋਹਾਂ ਨਾਲ ਤੇ D ਇਹਨਾਂ ਵਿੱਚੋਂ ਕਿਸੇ ਨਾਲ ਵੀ ਨਹੀਂ கரੈਕਟ ਆਨਸਰ ਕੁਐਸਚਨ ਨੰਬਰ 45 ਲਈ ਕਰੋ 45 ਲਈ ਅਰੇ ਜੀ ਆਪਸ਼ਨ C ਆਨਸਰ ਦੋਹਾਂ ਨਾਲ ਬਿਲਕੁਲ ਠੀਕ ਹੈ ਕੁਐਸਚਨ ਨੰਬਰ 46 ਹੈਲੋ ਜੀ ਵੈਲਕਮ ਜੀ 46 ਨੰਬਰ ਇਹ ਪਾਈ ਵੀਰ ਸਿੰਘ ਕਵੀ ਹੈ অপਸ਼ਨ ਹੈ ਕੁਦਰਤ ਦਾ ਬੀ ਰਹਾਸਵਾਦੀ ਸੀ ਅਧਿਆਤਮਵਾਦੀ ਡੀ ਸਾਰੇ ਸਹੀ ਤੇ ਈ ਇਕੱਲਾ ਬੀ 46 ਨੰਬਰ ਦੇ ਲਈ கரੈਕਟ ਆਨਸਰ ਚੁਣਿਆ ਜਾਵੇ ਐਕਸਟਰਾ ਆਪਸ਼ਨ ਦਿੱਤਾ ਹੋਇਆ ਆਨਸਰ ਡੀ ਆ ਰਿਹਾ ਜੀ ਸਾਰੇ ਸਹੀ ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਕੁਐਸਚਨ ਨੰਬਰ 47 ਵਾਰਿਸ ਨੇ ਕਿਸੇ ਨੂੰ ਅਲੜ ਉਮਰੇ ਲਿਖਿਆ ਹੈ ਇਹ ਕਿਸ ਨੇ ਕਿਹਾ ਹੈ ਆਪਸ਼ਨ ਏ ਡਾਕਟਰ ਜੀਤ ਸਿੰਘ ਸੀਤਲ ਬੀ ਮੋਹਨ ਸਿੰਘ دیਵਾਨਾ ਸੀ ਪ੍ਰੋਫੈਸਰ ਪੂਰਨ ਸਿੰਘ ਤੇ ਡੀ ਵਿਦਾਤਾ ਸਿੰਘ ਪੀਰ ਕਰੋ ਜੀ 47 ਨੰਬਰ ਲਈ ਕਰੈਕਟ ਆਨਸਰ 47 ਲਈ ਇਹ ਆਪਸ਼ਨ ਆਇਆ ਜੀ ਡਾਕਟਰ ਜੀਤ ਸਿੰਘ ਸੀਤਲ ਬਿਲਕੁਲ ਠੀਕ ਹੈ ਇਹ ਆਪਸ਼ਨ 48 ਨੰਬਰ ਹੈ ਤਨੀ ਰਾਮ ਚਾਤ੍ਰਿਕ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਆਪਸ਼ਨ ਹੈ ਚੰਦਨਵੜੀ ਬੀ ਪਰਤਰੀ ਹਰੀ ਸੀ ਕੇਸਰ ਕਿਹੜੀ ਡੀ ਨਵਾਂ ਜਹਾਨ 48 ਨੰਬਰ ਲਈ ਕਰੈਕਟ ਆਨਸਰ ਕਰੋ 48 ਦਾ A ਆਪਸ਼ਨ ਆਨਸਰ ਆਇਆ ਹੈ ਚੰਦਨਵੜੀ ਸੋ ਬਿਲਕੁਲ ਠੀਕ ਹੈ ਜਿਹੜੇ ਵੀ ਆਨਸਰ ਕਰ ਰਹੇ ਨੇ A 49 ਨੰਬਰ ਹੈ ਜੀ ਹਾਂਜੀ ਆਖਰੀ ਸੀ ਇਹਨਾਂ ਦਾ ਸੂਫੀ ਖਾਨਾ 49 ਨੰਬਰ ਇਹ ਵਾਰਿਸ਼ਾ ਨੇ ਅਰਬੀ ਤੇ ਫਾਰਸੀ ਦਾ ਗਿਆਨ ਕਿਸ ਤੋਂ ਪ੍ਰਾਪਤ ਕੀਤਾ ਆਪਸ਼ਨ ਹੈ ਸੈਦ ਅਹਿਮਦ B ਗੁਲਾਮ ਬੇਗ C ਮਰਤਜਾ ਕਸੂਰੀ ਤੇ D ਮੁਹੰਮਦ ਬਖਸ਼ ਕੁਐਸਚਨ ਨੰਬਰ 49 ਕਰੈਕਟ ਆਨਸਰ ਕਰੋ ਜੀ 49 ਦੇ ਲਈ 49 ਨੰਬਰ ਦੇ ਲਈ ਆਨਸਰ ਕੀਤਾ ਜਾ ਰਿਹਾ ਹੈ C ਆਪਸ਼ਨ ਮਰਤਜ ਕਸੂਰੀ ਜਿਹੜੇ ਵੀ ਅਨਸਰ ਕਰ ਰਹੇ ਨੇ ਆਪਸ਼ਨ ਸੀ ਬਿਲਕੁਲ ਠੀਕ ਹੈ ਬਾਕੀ ਗਰੰਜੀ ਨੋਟ ਡਾਉਨ ਕੁਐਸਚਨ ਨੰਬਰ 50 ਇਹ ਭਾਈ ਵੀਰ ਸਿੰਘ ਨੇ ਵਜੀਰ ਹਿੰਦ ਪ੍ਰੈਸ ਦੀ ਸਥਾਪਨਾ ਕਦੋਂ ਕੀਤੀ ਆਪਸ਼ਨ A 1890 B 1791 C 1892 ਤੇ D 1893 கரੈਕਟ ਅਨਸਰ ਚੁਣੋ ਜੀ ਕੁਐਸਚਨ ਨੰਬਰ 50 ਦੇ ਲਈ 50 ਦੇ ਲਈ 1892 ਅਨਸਰ ਕੀਤਾ ਜਾ ਰਿਹਾ ਸਭ ਦੇ ਵੱਲੋਂ ਬਿਲਕੁਲ ਠੀਕ ਹੈ ਕੁਐਸਚਨ ਨੰਬਰ 52 ਵਾਰਿਸਾ ਦੀ ਮੌਤ ਕਦੋਂ ਹੋਈ ਹੈ অপਸ਼ਨ A 1782 B 2084 C 1786 D 1788 52 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ ਪਿਛੇ ਨੰਬਰ 52 ਦੇ ਲਈ 1782 84 ਦੋਵੇਂ ਹੀ ਆਨਸਰ ਆ ਰਹੇ ਨੇ ਜਿਹੜੇ ਵੀ 1784 ਆਨਸਰ ਕਰ ਰਹੇ ਨੇ ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਅਨਸਰ ਵੈਸੇ 884 95 ਵੀ ਮਿਲਦਾ ਹੈ ਪੰਜਾਬ ਬੋਰਡ ਦੇ ਅਨਸਰ 95 ਸਹੀ ਹੋਵੇਗਾ ਕੁਐਸਚਨ ਨੰਬਰ 52 ਤਨੀਰਾਮ ਚਾਤਰੀਕ ਦੀ ਆਖਰੀ ਪੁਸਤਕ ਕਿਸ ਲਿਪੀ ਵਿੱਚ ਹੈ অপਸ਼ਨ A ਦੇਵਨਾਗਰੀ B ਗੁਰਮੁਖੀ C ਫਾਰਸੀ ਤੇ D ਸ਼ਰਮੁਖੀ 52 ਦੇ ਲਈ ਅਨਸਰ D অপਸ਼ਨ ਆਇਆ ਸ਼ਰਮੁਖੀ ਬਿਲਕੁਲ ਸਹੀ ਉੱਤਰ ਹੈ ਕੁਐਸਚਨ ਨੰਬਰ 53 ਭਾਈ ਵੀਰ ਸਿੰਘ ਸਾਈਟ ਸਦਨ ਦੀ ਸਥਾਪਨਾ ਕਿੱਥੇ ਕੀਤੀ ਗਈ ਹੈ অপਸ਼ਨ A ਅੰਮ੍ਰਿਤਸਰ ਬੀ ਪਟਿਆਲਾ ਸੀ ਚੰਡੀਗੜ੍ਹ ਤੇ ਢੀ ਦਿੱਲੀ 53 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ ਆਨਸਰ ਆ ਰਿਹਾ ਜੀ ਸੀ ਆਪਸ਼ਨ ਡੀ ਆਪਸ਼ਨ ਦਿੱਲੀ ਜਿਨ੍ਹਾਂ ਨੇ ਆਨਸਰ ਕਰਿਆ ਬਿਲਕੁਲ ਠੀਕ ਹੈ ਵੀ ਵੀ ਗਿਰੀ ਦੋਰਾ ਇਸ ਦਾ ਨਹੀਂ ਪੱਥਰ ਰੱਖਿਆ ਗਿਆ ਸੀ ਪੂਰੀ ਇੱਕ ਸਦੀ ਸਤਵਦੀ ਦੇ ਬਾਅਦ 100 ਸਾਲ ਪੂਰੇ ਜਦੋਂ ਬੀਤ ਗਏ ਸੀ ਜਨਮ ਦੇ ਕੁਐਸਚਨ ਨੰਬਰ 54 ਹੈ ਜੀ ਨਿਰਮਲ ਚਾਤ੍ਰਿਕ ਦੀ ਰਚਨਾ ਨਹੀਂ ਹੈ অপਸ਼ਨ A ਨਲਦਮਯੰਤੀ B ਨੂਰ ਜਹਾਂ ਬੌਸ਼ਾ ਬੀਗਮ C ਪਤਲੀ ਹਰੀਦਰ ਨੀਤੀ ਸ਼ਤਕ ਤੇ D ਮਹਾਰਾਜਾ ਰਣਜੀਤ ਸਿੰਘ 54 ਨੰਬਰ ਲਈ ਕਰੈਕਟ ਆਨਸਰ ਚੁਣਿਆ ਜਾਵੇ ਕੁਐਸਚਨ ਨੰਬਰ 54 ਹਾਂਜੀ ਭਾਈ ਵੀਰ ਸਿੰਘ ਜੀ ਦੇ ਬੀਬੀ ਗਰੀ ਦਵਾਰ ਨਹੀਂ ਪੱਥਰ ਰੱਖਿਆ ਗਿਆ ਸੀ ਸੋ ਆਨਸਰ ਆ ਰਿਹਾ ਹੈ C ਆਪਸ਼ਨ ਪਈ ਪਈਵ ਸਿੰਘ ਜੀ ਦੀ ਰਚਨਾ ਹੈ ਪਰਥਰੀ ਹਰੀਨ ਦਾ ਨੀਤੀ ਸ਼ੇਤਕ ਜਿਹੜਾ ਕੱਲਾ ਪਰਥਰੀ ਹਰੀ ਹੈ ਉਹ ਧਨੀ ਰਾਮ ਜੀ ਦੀ ਰਚਨਾ ਹੈ ਕੁਐਸਚਨ ਨੰਬਰ 54 ਤੋਂ ਬਾਅਦ 55 ਇਹ ਪਿਆਰ ਸਿੰਘ ਪਦਮ ਵੱਲੋਂ ਸੰਪਾਦਿਤ ਇਸ ਕਿਸੇ ਕਿਸੇ ਦਾ ਯਾਨੀ ਕਿ ਹੀਰ ਵਾਰਿਸ ਦੀ ਗੱਲ ਹੋ ਰਹੀ ਹੈ ਇਹਦੇ ਕਿੰਨੇ ਪੰਨਾ ਹਨ ਆਪਸ਼ਨ ਹੈ 611 b 622 c 624 d 625 55 ਦੇ ਲਈ ਕਰੈਕਟ ਆਨਸਰ ਚੁਣਿਆ ਜਾਵੇ 55 ਲਈ ਆਨਸਰ ਆ ਰਿਹਾ 600 25 611 सी 624 सी ਜਿਨ੍ਹਾਂ ਨੇ ਆਨਸਰ ਕਰਿਆ ਠੀਕ ਹੈ ਬਾਕੀ ਕਰਨ ਜੀ ਨੋਟ 56 ਜੀ ਤੇਰਾਮ ਨੇ ਆਪਣਾ ਉਪਨਾਮ ਚਾਤ੍ਰਿਕ ਪਹਿਲੀ ਵਾਰ ਕਿਸ ਰਚਨਾ ਵਿੱਚ ਵਰਤਿਆ অপਸ਼ਨ A ਪਰਥਰੀ ਹਰੀ B ਕੇਸਰ ਕੇਰੀ ਸੀ सूफीखाना D ਨਵਾਂ ਜਹਾਨ 56 ਨੰਬਰ ਲਈ கரੈਕਟ ਆਨਸਰ ਕਰਿਆ ਜਾਵੇ 56 ਦੇ ਲਈ ਆਨਸਰ ਆ ਰਿਹਾ অপਸ਼ਨ A ਪਰਥਰੀ ਹਰੀ ਬਿਲਕੁਲ ਠੀਕ ਹੈ ਜਿਹੜੇ ਵੀ ਆਪਸ਼ਨ A ਦੇ ਨੌਲੇਜ ਆ ਰਹੇ ਨੇ 57 ਨੰਬਰ ਇਹ ਭਾਈ ਵੀਰ ਸਿੰਘ ਨੇ ਕਿਹੜਾ ਮਾਂ ਕਾਵਿ ਲਿਖਿਆ ਆਪਸ਼ਨ A ਲੂਣਾ B ਰਾਣਾ ਸੂਰਜ ਸਿੰਘ C ਸ਼੍ਰੀ ਕਲਕੀਦਰ ਚਮਤਕਾਰ ਤੇ D ਅਭਿਨੇ ਗਿਆਨ ਕੁਐਸਚਨ ਨੰਬਰ 57 ਆਨਸਰ ਆ ਰਿਹਾ ਜੀ A ਤੇ B ਆਪਸ਼ਨ ਮਿਕਸ ਜਿਹੜੇ ਵੀ ਆਨਸਰ ਕਰ ਰਹੇ ਨੇ B ਰਾਣਾ ਸੂਰਜ ਸਿੰਘ ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਡਾਊਨ 52 ਨੰਬਰ ਇਹ ਧਨੀ ਰਾਮ ਚਾਉਤਰੀ ਕਿੰਨੇ ਪੰਜਾਬੀ ਸਭਾ ਕਦੋਂ قائم ਕੀਤੀ ਹੈ অপশন এ 1924 b 1926 c 1928 ਤੇ d 1930 கரெક્ટ ਆਨਸਰ ਕੁਐਸਚਨ ਨੰਬਰ 52 ਲਈ ਕਰੋ ਜੀ ए ਵੀ ਦੋਵੇਂ ਆਨਸਰ ਆਏ ਜਾਂ b অপশন 1926 ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਡਾਊਨ ਕੁਐਸਚਨ ਨੰਬਰ 59 ਚੰਡੀ ਦੀਵਾਰ ਵਿੱਚ ਕਥਾ ਦਾ ਵਿਸਤਾਰ ਕਿਸ ਪੌੜੀ ਤੋਂ ਹੁੰਦਾ ਹੈ অপশন এ ਪਹਿਲੀ b ਦੂਜੀ c ਤੀਜੀ d ਚੌਥੀ ਸਹੀ ਉੱਤਰ ਕੁਐਸਚਨ ਨੰਬਰ 59 ਲਈ ਕਰੋ ਨੋਟ ਦੇ ਲਈ ਆ ਰਿਹਾ ਜੀ ਸੀ ਆਪਸ਼ਨ ਪੀਜੀ ਪੌੜੀ ਤੁਮ ਬਿਲਕੁਲ ਠੀਕ ਹੈ 60 ਨੰਬਰ ਦੇ ਵਲਵਾਦਿਆਂ 60 ਨੰਬਰ ਇਹ ਆਪਣੇ ਕੋਲ ਧਨੀ ਰਾਮ ਦੀ ਸਭ ਤੋਂ ਪਹਿਲੀ ਕਵਿਤਾ ਕਿਹੜੀ ਸੀ ਆਪਸ਼ਨ ਐ ਨਾਲ ਦੇਮंती ਬੀ ਨੂਰਜਾਂ ਬਾਦਸ਼ਾਹ ਬੀਗਮ ਸੀ ਦੇਸ਼ ਪਿਆਰ ਤੇ ਡੀ ਮਹਾਰਾਜਾ ਰਣਜੀਤ ਸਿੰਘ ਕੁਐਸਚਨ ਨੰਬਰ ਸੀ ਕਰੈਕਟ ਆਨਸਰ ਕਰਿਆ ਜਾਵੇ ਹਾਂਜੀ 60 ਨੰਬਰ ਦੇ ਲਈ ਆਨਸਰ ਕਰਿਆ ਜਾਵੇ ਬੀ ਆਪਸ਼ਨ ਆਨਸਰ ਆ ਰਿਹਾ ਨੂਰਜਾਂ ਬਾਸ਼ਾ ਬੀਗਮ ਬਿਲਕੁਲ ਠੀਕ ਹੈ ਕੁਐਸਚਨ ਨੰਬਰ 61 ਚੰਡੀ ਦੀ ਵਾਰਤਾ ਆਧਾਰ ਕੀ ਹੈ ਆਪਸ਼ਨ ਹੈ ਦੁਰਗਾ ਪੁਰਾਣ ਬੀ ਵਿਸ਼ਨੂ ਪੁਰਾਣ ਸੀ ਸ਼ਕਤੀ ਪੁਰਾਣ ਡੀ ਮਰਕੰਡੇ ਪੁਰਾਣ 61 ਨੰਬਰ ਦੇ ਲਈ ਕਰੈਕਟ ਆਨਸਰ ਕਰੋ 61 ਤੇ ਲਈ ਆਨਸਰ ਆ ਰਿਹਾ ਜੀ ਆਪਸ਼ਨ ਡੀ ਮਰਕੰਡੇ ਪੁਰਾਣ ਬਿਲਕੁਲ ਠੀਕ ਹੈ ਜਿਹੜੇ ਇਹਦੀ ਆਨਸਰ ਡੀ ਕਰ ਰਹੇ ਨੇ 61 ਨੰਬਰ ਇਹ ਤਨੀਰਾਮ ਨੇ ਸਾਹਿਤ ਰਚਨਾ ਦੀ ਸ਼ੁਰੂਆਤ ਕਿਸ ਵਿਧਾ ਤੋਂ ਕੀਤੀ ਆਪਸ਼ਨ A ਕਵਿਤਾ B ਕਿੱਸਾ ਸੀ ਕਹਾਣੀ D ਇਕਾਂਗੀ 62 ਨੰਬਰ ਦੇ ਲਈ ਕਰੈਕਟ ਆਨਸਰ ਕਰਿਆ ਜਾਵੇ 62 ਦੇ ਲਈ B ਆਪਸ਼ਨ ਕਿੱਸਾ ਆਨਸਰ ਆ ਰਿਹਾ ਬਿਲਕੁਲ ਠੀਕ ਹੈ ਕੁਐਸਚਨ ਨੰਬਰ 63 63 ਨੰਬਰ ਇਹ ਚੰਡੀ ਦੀ ਵਾਰ ਦੀ ਭਾਸ਼ਾ ਕਿਹੜੀ ਹੈ ਆਪਸ਼ਨ A ਪੰਜਾਬੀ B ਅਰਬੀ C ਫ਼ਾਰਸੀ D ਬ੍ਰਿਜ 63 ਨੰਬਰ ਆਨਸਰ ਕਰੂਗੀ ਚੰਡੀ ਦੀ ਵਾਰ ਦੀ ਭਾਸ਼ਾ ਕਿਹੜੀ ਹੈ ਸਹੀ ਉੱਤਰ ਚੁਣੋ 63 ਨੰਬਰ ਦੇ ਲਈ ਆਨਸਰ ਆ ਰਹੀ ਜੀ অপਸ਼ਨ A ਪੰਜਾਬੀ ਜਿਹੜੇ ਵੀ A ਦੇ ਨਾਲ ਜਾ ਰਹੇ ਨੇ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 64 ਭਾਈ ਵੀਰ ਸਿੰਘ ਨੇ ਮਾਂ ਕਾਪ ਦੀ ਰਚਨਾ ਕਦੋਂ ਕੀਤੀ ਹੈ অপਸ਼ਨ A 1901 B 1903 C 1905 D 1907 ਕਰੋ ਜੀ ਸਹੀ ਆਨਸਰ 64 ਨੰਬਰ ਦੇ ਲਈ सी ऑप्शन आंसर आया सबका बिल्कुल सही है पैंठ नंबर है जी चंडी दी वार का असल ना की है ऑप्शन है वार दुर्गा की बी वार, वार चंडी दी डी वार भगवती जी की क्वेश्चन नंबर पैंठ करैक्ट आंसर करो जी पैंठ का आया जी डी ऑप्शन बिल्कुल ठीक है क्वेश्चन नंबर छियाठ धनी राम ने किस प्रेस की स्थापना की ऑप्शन है खालसा बी सुदर्शन सी अकाली ते डी संघर्ष छियाठ नंबर लिए கரெக்ட் ஆன்சர் ਕਰੋ ਚਾਰਟਲੀ ਆ ਰਿਹਾ ਜੀ ਡੀ অপਸ਼ਨ আচ্ছা ਚਾਰਟਲੀ ਬੀ অপਸ਼ਨ ਸੁਦਰਸ਼ਨ ਬੀ ਬਿਲਕੁਲ ਠੀਕ ਹੈ ਸੁਦਰਸ਼ਨ press D 1924 ਵਿੱਚ ਕੁਐਸਚਨ ਨੰਬਰ 67 ਹੈ ਚੰਡੀ ਦੀ ਵਾਰ ਵਿੱਚ ਸਭ ਤੋਂ ਪਹਿਲਾਂ ਕਿਸ ਦੀ ਮੌਤ ਨੂੰ ਵਿਖਾਇਆ ਗਿਆ ਹੈ অপਸ਼ਨ ਹੈ ਮਾਈਕਲਸਰ ਬੀ ਸ਼ੰਭੂ ਸੀ ਨਿਸ਼ੰਭੂ ਤੇ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ 67 ਨੰਬਰ ਲਈ கரெਕਟ ਆਨਸਰ ਕਰਿਆ ਜਾਵੇ स्टार्ट ली ए ऑप्शन आंसर आ रहा है माइखा सुर बिल्कुल ठीक क्वेश्चन नंबर है अपने गोल, तनी राम के किहोजा शायर है ऑप्शन आप्न प्रगतिवादी बी रोमांसवादी सी जुझारवादी से डी यथार्थवादी अठाठ नंबर लिए करट आंसर करो जी के लिए डी आंसर आ रहा है यथार्थवादी लगभग सारे ही ऑप्शन डी दे जा रहे हैं ए ऑप्शन भी आ रहा है जेडे भी डी आंसर कर रहे हैं बिल्कुल ठीक बाकी जी नोट डाउन उन्तर नंबर है ਕੰਬ ਦੀ ਕਲਾਈ ਕਿਸ ਤਰ੍ਹਾਂ ਦੀ ਕਵਿਤਾ ਹੈ অপਸ਼ਨ A ਪ੍ਰਗਤੀਵਾਦੀ B ਜਜ਼ਰਵਾਦੀ C ਰਹਾਸਵਾਦੀ ਤੇ D ਰਮਾਂਸਵਾਦੀ 69 ਨੰਬਰ ਲਈ ਕਰੈਕਟ ਆਨਸਰ ਕਰਿਆ ਜਾਵੇ ਕੋਈ ਵੀ ਰਾਈਟਰ ਇੱਕ ਪ੍ਰਵਰਤੀ ਚ ਨਹੀਂ ਲਿਖਦਾ ਬਾਕੀ ਹੋਰ ਡੀਪ ਦੀ ਗੱਲ ਹੈ ਤਾਂ ਕਿਸੇ ਹੋਰ ਕਲਾਸ ਚ ਇਸ ਨੂੰ ਕਰਾਂਗੇ C ਆਪਸ਼ਨ ਆਨਸਰ ਆ ਰਿਹਾ ਹੈ ਰਹਾਸਵਾਦੀ ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਡਾਊਨ ਕਵੈਸਚਨ ਨੰਬਰ 70 ਵੱਲ ਵਧਦੇ ਹਾਂ ਜੀ 70 ਨੰਬਰ ਇਹ ਕਿਹੜਾ ਕਾਗਵ ਸੰਗਠਨ ਹੈ ਧਨੀ ਰਾਮ ਚਾਤਰੀਕ ਨੇ ਪ੍ਰਗਤੀ ਵਦੀ ਰੂਪ ਵਿੱਚ ਸਥਾਪਿਤ ਕਰਦਾ ਹੈ ਕਰਦਾ ਹੈ ਹਣਾ ਸੀ অপਸ਼ਨ A ਚੰਦਨਵੜੀ B ਕੇਸਰ ਕੇਰੀ C ਨਵਾਂ ਜਹਾਨ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ கரੈਕਟ ਆਨਸਰ ਕਵੈਸਚਨ ਨੰਬਰ 70 ਦੇ ਲਈ ਕਰੋ ਜੀ 70 ਨੰਬਰ ਲਈ ਆ ਰਿਹਾ ਜੀ ਆਪਸ਼ਨ C ਆਨਸਰ ਤੋ ਬਿਲਕੁਲ ਠੀਕ ਹੈ ਜਿਹੜੇ ਵੀ ਅਨਸਰ ਕਰ ਰਹੇ ਨੇ ਆਪਸ਼ਨ ਸੀ 71 ਨੰਬਰ ਇਹ ਆਪਣੇ ਕੋਲ ਜਫਰਨਾਮਾ ਕਿਸ ਭਾਸ਼ਾ ਵਿੱਚ ਹੈ ਆਪਸ਼ਨ A ਪੰਜਾਬੀ B ਅਰਬੀ C ਫਾਰਸੀ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ ਕਰੈਕਟ ਅਨਸਰ ਕਰੋ 71 ਦੇ ਲਈ 71 ਦਾ ਸਬਦ ਆਇਆ ਸੀ ਆਪਸ਼ਨ ਫਾਰਸੀ ਭਾਸ਼ਾ ਵਿੱਚ ਬਿਲਕੁਲ ਠੀਕ ਕੁਐਸਚਨ ਨੰਬਰ 71 ਹੈ ਆਪਣੇ ਕੋਲ 72 ਹੈ ਤਾਂ ਨੀਰਮ ਦੇ ਪਿੰਡ ਕਿਸ ਪ੍ਰਸਿੱਧ ਕਿਸਾਨਗਰ ਦਾ ਜਨਮ ਹੋਇਆ ਆਪਸ਼ਨ 1 ਕਾਦਰ ਯਾਰ ਬੀ ਹਾਸ਼ਮ ਸ਼ਾ ਸੀ ਪੀਲੂ ਡੀ ਇਮਾਮ ਬਖਸ਼ 72 ਨੰਬਰ ਲਈ ਆਨਸਰ ਡੀ ਆ ਚੁੱਕਾ ਹੈ ਬਾਕੀ ਵੀ ਕਰਨ ਲਗਭਗ ਡੀ ਆਪਸ਼ਨ ਨਾਲ ਸਾਰੇ ਜਾ ਰਹੇ ਨੇ ਬਿਲਕੁਲ ਠੀਕ ਹੈ ਜੀ 73 ਨੰਬਰ ਕੁਐਸਚਨ ਹੈ ਭਾਈ ਵੀਰ ਸਿੰਘ ਨੂੰ ਚੂੜਾ ਮਣੀ ਕਿਸ ਨੇ ਕਿਹਾ ਹੈ ਆਪਸ਼ਨ ਹੈ ਪੂਰਨ ਸਿੰਘ ਬੀ ਧਨੀ ਰਾਮ ਸੀ ਮੋਹਨ ਸਿੰਘ دیਵਾਨਾ ਤੇ ਡੀ ਨੰਦ ਲਾਲ ਨੂਰਪਰੀ ਪ੍ਰਸ਼ਨ ਨੰਬਰ 73 ਸਹੀ ਆਨਸਰ ਕਰੋ ਜੀ 73 ਦੇ ਲਈ तिहत्ली ऑप्शन ए आंसर आ रहा पूरन सिंह जेकर पूछा जाए मुकटमी तो फिर धनी राम चात्रिक आंसर चात्र आएगा चौहत् नंबर एलांबा गीत के कि कविता है ऑप्शन है देश प्यार बी एंकलबद्दा होका सी राधा संदेश डी भगवान क्वेश्चन नंबर चौहत् सही आंसर करो चुहत् नंबर लिय बी ऑप्शन सी ऑप्शन मैक्स आंसर सी जिन्ह का आंसर आया ਬਿਲਕੁਲ ਠੀਕ ਹੈ ਜੀ 75 ਨੰਬਰ ਹੈ ਜੀ ਕਿਹੜੀ ਵਾਰ ਨੂੰ ਪੰਜਾਬੀ ਦਾ ਸ਼ਾ ਨਾਮਾ ਕਿਹਾ ਜਾਂਦਾ ਹੈ অপਸ਼ਨ A ਨਦਰਸ਼ਾ ਦੀ ਵਾਰ B ਵਿਲਾਵਲ ਦੀ ਵਾਰ ਫਰ C ਚੰਡੀ ਦੀ ਵਾਰ ਤੇ D ਬਸੰਤ ਦੀ ਵਾਰ ਕੁਐਸਚਨ ਨੰਬਰ 75 ਕਰੈਕਟ ਆਨਸਰ ਕਰੋ 75 ਦੇ ਲਈ C ਆਪਸ਼ਨ ਚੰਡੀ ਦੀ ਵਾਰ ਆਨਸਰ ਆਇਆ ਹੈ ਬਿਲਕੁਲ ਠੀਕ 76 ਨੰਬਰ ਵੱਲ ਵਧਦੇ ਹਾਂ ਤਨੀਰਾਮ ਨੂੰ ਕਿਹਾ ਜਾਂਦਾ ਹੈ অপਸ਼ਨ A ਕਵੀ ਦਰਬਾਰਾਂ ਦੀ ਦਾਗਵਈਆ C B ਕਵੀਆਂ ਕਵੀ ਦਰਵਾਰਾਂ ਦਾ ਬਾਸ਼ਾ ਸੀ ਕਵਿਤਾਵਾਂ ਦਾ ਦਰਿਆ ਡੀ ਕਵਿਤਾਵਾਂ ਦਾ ਖੜ 74 ਨੰਬਰ ਲਈ ਆਨਸਰ ਬੀ ਆਇਆ ਕਵੀ ਦਰਵਾਰਾਂ ਦਾ ਬਾਸ਼ਾ ਬਿਲਕੁਲ ਸਹੀ ਹੈ ਕੁਐਸਚਨ ਨੰਬਰ 77 ਵਾਰ ਕਿਸ ਵਿੱਚ ਲਿਖੀ ਜਾਂਦੀ ਹੈ ਆਪਸ਼ਨ ਏ ਪੌੜੀਆਂ ਬੀ ਬੈਤ ਸੀ ਦੋੜੇ ਤੇ ਡੀ ਸਿਰਫੀਆਂ 77 ਨੰਬਰ ਲਈ ਆਨਸਰ ਆਇਆ ਅੱਛਾ 76 ਲਈ ਬੀ 77 ਲਈ ਆਇਆ ਏ ਆਪਸ਼ਨ ਪੌੜੀਆਂ ਦੇ ਵਿੱਚ ਜਿਹੜੇ ਵੀ ਏ ਆਨਸਰ ਕਰ ਰਹੇ ਨੇ ਬਿਲਕੁਲ ਠੀਕ ਬਾਕੀ ਕਰੰਜੇ ਨੋਟ 78 ਨੰਬਰ ਚੰਦਨਵਾੜੀ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਕਦੋਂ ਚਪਿਆ ਆਪਸ਼ਨ A 1930 B 1931 C 1932 D 1933 ਸਹੀ ਅਨਸਰ ਹੈ 70 ਦੇ ਲਈ B ਆਪਸ਼ਨ 1931 ਬਿਲਕੁਲ ਠੀਕ ਹੈ 79 ਨੰਬਰ ਬਚਿੱਤਰ ਨਾਟਕ ਦੇ ਕਿੰਨੇ ਅਧਿਆਏ ਹਨ ਆਪਸ਼ਨ A 8 B 12 C 14 D 28 கரੈਕਟ ਆਨਸਰ ਕਰੋ ਕੁਐਸਚਨ ਨੰਬਰ 79 ਨਸੀ ਲਈ ਸੀ ਆਪਸ਼ਨ ਆਨਸਰ ਹੈ 14 ਬਿਲਕੁਲ ਠੀਕ ਹੈ ਬਾਕੀ ਕਰਨ ਨੋਟ ਹੋਰ ਇਨਫੋਰਮੇਸ਼ਨ ਨੋਟ ਡਾਉਨ ਕਰ ਸਕਦੇ ਹਾਂ ਰਤਨ ਸਿੰਘ ਗੱਗੀਆਂ ਸਰ ਦੇ ਦਸ਼ਮ ਗ੍ਰੰਥ ਦੇ 634 ਪੰਨਿਆਂ ਵਿੱਚ ਅੰਦਰਜ ਹੈ ਤੇ ਚੰਦਾ ਦੀ ਗੈਂਟੀ 471 ਹੈ ਕੁਐਸਚਨ ਨੰਬਰ 80 ਇਹ ਕੇਸਰੀ ਕਾਵ ਸੰਗ੍ਰਹਿ ਕਦੋਂ ਛਪਿਆ ਆਪਸ਼ਨ ਹੈ 1931 ਬੀ 1940 ਸੀ 1942 ਡੀ 1950 கரੈਕਟ ਆਨਸਰ ਹੈ ਸੀ ਨੰਬਰ ਲਈ 80 ਦੇ ਲਈ ਹੋਰ ਸੀ ਬੀ ਮੈਕਸ ਅਨਸਰ ਸੋ ਜਿਹੜੇ ਵੀ ਬੀ ਆਪਸ਼ਨ ਦੇ ਨਾਲ ਜਾ ਰਹੇ ਨੇ 140 ਬਿਲਕੁਲ ਠੀਕੇ ਬਾਕੀ ਕਰਨ ਜੀ ਨੋਟ ਡਾਉਨ ਕੁਸਚਨ ਨੰਬਰ 81 ਕਿ ASCII ਬਚਿੱਤਰ ਨਾਟਕ ਕਿਸ ਭਾਸ਼ਾ ਵਿੱਚ ਹੈ ਆਪਸ਼ਨ ਹੈ ਹਿੰਦੀ ਬੀ ਬ੍ਰਿਜ ਸੀ ਫਾਰਸੀ ਤੇ ਡੀ ਅਰਬੀ ਸਹੀ ਅਨਸਰ 81 ਨੰਬਰ ਲਈ ਚੁਣੋ ਹਾਂਜੀ 81 ਦਾ ਅਨਸਰ ਆ ਰਿਹਾ ਜੀ ਆਪਸ਼ਨ ਬੀ ਬ੍ਰਿਜ ਜਿਹੜੇ ਵੀ ਆਨਸਰ ਕਰ ਰਹੇ ਨੇ ਬ੍ਰਿਜ ਬਿਲਕੁਲ ਠੀਕ ਹੈ ਬਾਕੀ ਕਰਨ ਨੋਟ 82 ਨੰਬਰ ਇਹ ਨਵਾਂ ਜਹਾਨ ਕਾਫ ਸੰਗ੍ਰਹਿ ਕਦੋਂ ਛਪਿਆ ਆਪਸ਼ਨ A 1926 B 1936 C 1942 ਤੇ D 1944 ਕਰੋ ਜੀ ਆਨਸਰ ਕੁਐਸਚਨ ਨੰਬਰ 82 ਲਈ 82 C ਤੇ D ਦੋਵੇਂ ਆਨਸਰ ਆਏ ਆ ਜਿਨ੍ਹਾਂ ਨੇ C ਚੁਣਿਆ ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਕਵੈਸਚਨ ਨੰਬਰ 83 ਵੱਲ ਵੱਧਿਆ ਭਾਈ ਵੀਰ ਸਿੰਘ ਨੂੰ 20ਵੀਂ ਸਦੀ ਦਾ ਡੈਸ਼ ਕਿਹਾ ਜਾਂਦਾ ਹੈ অপਸ਼ਨ A ਬਾਬਾ ਫਰੀਦ B ਭਗਤ ਕਵੀ C ਭਾਈ ਗੁਰਦਾਸ ਤੇ D ਇਹ ਸਾਰੇ 83 ਨੰਬਰ ਲਈ ਕਰੈਕਟ ਆਨਸਰ ਕਰੋ ਜੀ ਹਾਂਜੀ 83 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਆਨਸਰ ਆ ਰਿਹਾ 83 ਨੰਬਰ ਲਈ C অপਸ਼ਨ ਭਾਈ ਗੁਰਦਾਸ ਜਿਹੜੇ ਵੀ ਆਨਸਰ ਕਰ ਰਹੇ ਨੇ C ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਡਾਊਨ 84 ਨੰਬਰੇ ਨੂਰজাহান ਬਾਦਸ਼ਾਹ ਬੀਗਮ ਪੁਸਤਕ ਕਦੋਂ ਛਪੀ অপਸ਼ਨ A 1926 B 1936 C 1942 D 1944 84 ਨੰਬਰ ਲਈ ਕਰੈਕਟ ਆਨਸਰ ਕਰਿਆ ਜਾਵੇ 84 ਲਈ ਆਨਸਰ D ਆਇਆ ਜੀ 1944 ਬਿਲਕੁਲ ਠੀਕ ਹੈ ਬਾਕੀ ਕਰੰਜੀ ਨੋਟ ਡਾਊਨ ਕੁਐਸਚਨ ਨੰਬਰ 85 ਇਹ ਭਾਈ ਵੀਰ ਸਿੰਘ ਦੀ ਤੁਲਨਾ ਪੱਛਮ ਦੇ ਕਿਸ ਲੇਖਕ ਨਾਲ ਕੀਤੀ ਜਾਂਦੀ ਹੈ অপਸ਼ਨ A ਵਾਰਡ ਵਿਟਮਨ B ਵਿਲੀਅਮ ਵਰਡਸਵਰਥ C ਜੋਸਫ ਰਾਕਸ ਤੇ D ਮਾਰਸ਼ਲ கரெக்ட் ஆன்சர் क्वेश्चन नंबर 85 ਲਈ ਕਰਿਆ ਜਾਵੇ ਜੀ 85 ਲਈ ਹੈ ਵਿਲੀਅਮ ਵਰ்ட்ਸਵਰਥ অপশন ਬੀ ਆਨਸਰ ਬਿਲਕੁਲ ਠੀਕ ਹੈ ਜਿਹੜੇ ਵੀ অপਸ਼ਨ ਬੀ ਦੇ ਨਾਲ ਜਾ ਰਹੇ ਨੇ ਵਧਿਆ ਜੀ क्वेश्चन नंबर 86 ਵੱਲ ਸੂਫੀ ਖਾਨਾ ਕਾ ਸੰਗ੍ਰਹਿ ਕਦੋਂ ਛਪਿਆ অপਸ਼ਨ A 1952 B 1950 C 1948 D 1943 86 ਨੰਬਰ ਲਈ கரெக்ட் ਆਨਸਰ ਕਰਿਆ ਜਾਵੇ ਜੀ ਵਾਲਟ ਟ੍ਰੀਟਮੈਂਟ ਪੂਰਨ ਸਿੰਘ ਆਨਸਰ ਆ ਰਿਹਾ ਬੀ ਆਪਸ਼ਨ 1950 ਬਿਲਕੁਲ ਠੀਕ ਹੈ 1950 ਦੇ ਵਿੱਚ ਕੁਐਸਚਨ ਨੰਬਰ 87 ਚੰਡੀ ਦੀ ਧਰ ਤੇ ਕਿਸ ਉਪਭਾਸ਼ਾ ਦਾ ਪ੍ਰਭਾਵ ਹੈ ਆਪਸ਼ਨ ਏ ਦੁਆਬੀ ਬੀ ਬੋਧੀ ਸੀ ਅਮਲਵਈ ਤੇ ਡੀ ਮਾਜੀ 87 ਨੰਬਰ ਲਈ ਕਰੈਕਟ ਆਨਸਰ ਚੁਣੋ 87 ਦੇ ਲਈ ਆ ਰਿਹਾ ਆਪਸ਼ਨ ਏ ਦੁਆਬੀ ਭਾਸ਼ਾ ਦਾ ਉਪਭਾਸ਼ਾ ਦਾ ਬਿਲਕੁਲ ਸਹੀ ਉੱਤਰ ਕੁਐਸਚਨ ਨੰਬਰ 88 ਧਨੀਰਾਮ ਚਾਤ੍ਰਿਕ ਨੂੰ ਅਭਿਨੰਦਨ ਗ੍ਰੰਥ ਕਦੋਂ ਮਿਲਿਆ ਆਪਸ਼ਨ 1959 ਬੀ 1950 ਸੀ 1955 ਡੀ 1954 88 ਨੰਬਰ ਲਈ ਬੀ ਏ ਬੀ ਮਿਕਸ ਆਨਸਰ ਆ ਰਿਹਾ ਜੀ ਹਾਂਜੀ ਬੀ ਜਿਨ੍ਹਾਂ ਨੇ ਆਨਸਰ ਕਰਿਆ 1955 ਕਰੈਕਟ ਹੈ ਬਾਕੀ ਕਰਨ ਨੋਟ ਕੁਐਸਚਨ ਨੰਬਰ 99 ਚੰਡੀ ਦੀ ਵਾਰ ਦੀ ਕਹਾਣੀ ਕਿਹੜੇ ਯੁੱਗ ਦੀ ਹੈ ਆਪਸ਼ਨ ਏ ਤ੍ਰੇਤਾ ਬੀ ਦੁਆਪਰ ਸੀ ਸਤਜੁਗ ਤੇ ਡੀ ਕਲਜੁਗ ਕੁਐਸਚਨ ਨੰਬਰ 99 ਕਰੈਕਟ ਆਨਸਰ ਆ ਰਿਹਾ ਜੀ ਏ ਆਪਸ਼ਨ ਤ੍ਰੇਤਾ ਯੁਗ ਦੀ ਬਿਲਕੁਲ ਠੀਕ ਕੁਐਸਚਨ ਨੰਬਰ 90 ਕਿਸ ਨੇ ਚੰਦਨਵਾੜੀ ਨੂੰ ਸਰਵ ਸੰਗੀਤ ਗ੍ਰਹਿ ਸੰਗ੍ਰਹਿ ਆਖਿਆ ਆਪਸ਼ਨ ਏ ਭਾਈ ਵੀਰ ਸਿੰਘ ਬੀ ਪ੍ਰੋਫੈਸਰ ਪੂਰਨ ਸਿੰਘ ਸੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਡੀ ਮੋਹਨ ਸਿੰਘ ਦੀਵਾਨਾ ਆਨਸਰ ਆ ਰਿਹਾ ਜੀ 90 ਨੰਬਰ ਦੇ ਲਈ ਬੀ ਆਪਸ਼ਨ ਐਂਡ ਡੀ ਆਪਸ਼ਨ ਮਿਕਸ ਸੋ 90 ਨੰਬਰ ਤੇ ਲਈ ਜਿਹੜੇ ਵੀ ਜਾ ਰਹੇ ਨੇ ਆਪਸ਼ਨ ਡੀ ਦੇ ਨਾਲ ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਡਾਉਨ ਕੁਐਸਚਨ ਨੰਬਰ 91 ਤਰੇਲ ਤੁਪਕੇ ਵਿੱਚ ਕਿੰਨੀਆਂ ਰਬਾਈਆਂ ਹਨ ਆਪਸ਼ਨ 51 ਬੀ 53 ਸੀ 55 ਡੀ 57 ਸਹੀ ਉੱਤਰ ਕੁਐਸਚਨ ਨੰਬਰ 91 ਲਈ 91 ਦਾ ਵੀ ਆਪਸ਼ਨ ਡੀ ਆਨਸਰ ਆਇਆ 57 ਬਿਲਕੁਲ ਠੀਕ ਕੁਐਸਚਨ ਨੰਬਰ 92 ਰਾਧਾ ਸੰਦੇਸ਼ ਕਵਿਤਾ ਕੇ ਸੰਗ੍ਰਹਿ ਵਿੱਚ ਦਰਜ ਹੈ ਆਪਸ਼ਨ ਏ ਚੰਦਨਵਾੜੀ ਬੀ ਕੇਸਰ ਕਿਆਰੀ ਸੀ ਨਵਾਂ ਜਹਾਨ ਡੀ ਸੂਫੀ ਖਾਨਾ 92 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ 92 ਲਈ ਏ ਡੀ ਮਿਕਸ ਆਨਸਰ ਆਇਆ ਹੈ ਮਿਕਸ ਆਨਸਰ ਡੀ ਤੇ ਏ ਆ ਰਹੇ ਨੇ ਮੋਸਟਲੀ ਏ ਬਿਲਕੁਲ ਠੀਕ ਹੈ ਚੰਦਨਵਾੜੀ ਦੇ ਵਿੱਚ ਕੁਐਸਚਨ ਨੰਬਰ 92 ਤੋਂ ਬਾਅਦ 93 ਹੈ ਭਾਈ ਵੀਰ ਸਿੰਘ ਦਾ ਪਹਿਲਾ ਨਾਵਲ ਕਿਹੜਾ ਸੀ অপਸ਼ਨ A ਰਾਣਾ ਸੂਰਜ ਸਿੰਘ B ਸੁੰਦਰੀ C ਵਿਜੇ ਸਿੰਘ ਤੇ D ਸਤਵੰਤ ਕੌਰ 93 ਨੰਬਰ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ ਪਹਿਲਾ ਨਾਵਲ ਸੁੰਦਰੀ B অপਸ਼ਨ ਆਨਸਰ ਆ ਰਿਹਾ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਆਨਸਰ B ਕਰਿਆ 1898 ਦੇ ਵਿੱਚ ਕੁਐਸਚਨ ਨੰਬਰ 94 ਤਨੀਰਾਮ ਚਾਤਕ ਦੀ ਮੌਤ ਕਦੋਂ ਹੋਈ অপਸ਼ਨ A 18 ਦਸੰਬਰ 1952 B 18 ਦਸੰਬਰ 1956 C 18 ਦਸੰਬਰ 1954 ਤੇ 18 ਦਸੰਬਰ 1955 94 ਦੇ ਲਈ অপশন B ਤੇ C ਦੋਵੇਂ ਹੀ आंसर ਕੀਤੇ ਜਾ ਰਹੇ ਨੇ ਜਿਨ੍ਹਾਂ ਨੇ C অপশন ਚੁਣਿਆ 18 ਦਸੰਬਰ 1954 ਬਿਲਕੁਲ ਠੀਕ ਹੈ 95 ਨੰਬਰ ਜਮਤਾਨੀ ਜਮਤਾਨੀ ਤੇ ਖਰਚਾਮੀ ਕੀ ਸਨ অপশন A ਰਖਸ਼ B ਨਗਾਰੇ C ਕੋਲੇ ਤੇ D ਤਲਵਾਰਾਂ 95 ਲਈ ਬੀ ਆਪਸ਼ਨ ਆ ਰਿਹਾ ਸਭ ਦਾ ਨਗਾਰੇ ਬਿਲਕੁਲ ਠੀਕ ਹੈ ਜਿਹੜੇ ਵੀ ਆਪਸ਼ਨ ਬੀ ਦੇ ਨਾਲ ਜਾ ਰਹੇ ਨੇ 96 ਨੰਬਰ ਇਹ ਗੁਰੂ ਗੋਬਿੰਦ ਸਿੰਘ ਜੀ ਅਨਸਾਰ RAM ਜੀ ਤੇ KRISHAN ਜੀ ਨੇ ਕਿਸ ਤੋਂ ਬਲ ਲੈ ਕੇ RAVAN ਤੇ KANSH ਨੂੰ ਮਾਰਿਆ ਸੀ ਆਪਸ਼ਨ ਹੈ A ਸ਼ਿਵ B ਵਿਸ਼ਨੂੰ C ਦੁਰਗਾ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ ਕਰੈਕਟ ਆਨਸਰ ਕਰਿਆ ਜਾਵੇ ਕੁਐਸਚਨ ਨੰਬਰ 96 ਲਈ 96 ਲਈ ਆ ਰਿਹਾ D ਆਪਸ਼ਨ ਇਹ ਨੋਟ ਜੋ ਕੋਈ ਵੀ ਨਹੀਂ ਜਿਨ੍ਹਾਂ ਨੇ ਡੀ ਆਨਸਰ ਕਰਿਆ ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਡਾਉਨ ਬੁੱਕ ਜਲਦ ਮਿਲ ਜਾਵੇਗੀ ਜੀ 5-7 ਦਿਨਾਂ ਦੇ ਵਿੱਚ ਤੁਹਾਡੇ ਕੋਲ ਹੋਵੇਗੀ ਅਕਾਲਪੁਰਖ ਤੋਂ ਠੀਕ ਹੈ ਜੀ ਜਪਾ ਪਰਮਾਤਮਾ ਤਾਂ ਕੁਐਸਚਨ ਨੰਬਰ 97 ਹੈ ਭਾਈ ਵੀਰ ਸਿੰਘ ਨੇ ਕਿਹੜਾ chant ਕੜਿਆ ਆਪਸ਼ਨ A ਰਬਾਈ B ਤੁਰਾਈ ਸੀ ਨਿਸ਼ਾਨੀ ਤੇ D ਬਹਿਤ 97 ਨੰਬਰ ਦੇ ਲਈ ਕਰੈਕਟ ਆਨਸਰ ਕਰੋ 97 ਦੇ ਲਈ ਆਨਸਰ ਆ ਰਿਹਾ ਆਪਸ਼ਨ B ਤਰਿਆਈ ਛੰਦ ਜਿਹੜੇ ਵੀ ਆਨਸਰ ਕਰ ਰਹੇ ਨੇ ਤਰਿਆਈ ਛੰਦ ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਡਾਉਨ ਕੁਐਸਚਨ ਨੰਬਰ 98 ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਜੰਗਲਾਂ ਵਿੱਚ ਬੈਠ ਕੇ ਮਿੱਤਰ ਪਿਆਰੇ ਵਾਲਾ ਸ਼ਬਦ ਰਚਿਆ ਆਪਸ਼ਨ ਏ ਹੈ ਜੀ ਮਾਚੀਵੜੇ ਦੀ ਬੀ ਕਾਨੂੰਗੌੜ ਦੇ ਤੇ ਸੀ ਡੀ ਉਹੀ ਆਪਸ਼ਨ ਚੁੱਕੇ ਹੋਏ ਨੇ ਠੀਕ ਹੈ ਜੀ ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀ ਕਿ ਵੈਸੇ ਹੀ ਮਜਾਕੀਅ ਲਹਿਜੇ ਦੇ ਵਿੱਚ ਪਾ ਦਿੱਤੇ ਸੀ ਕਿਉਂਕਿ ਸਮਝਣ ਦੇ ਕਈ ਕਲਾਸ ਦੇ ਵਿੱਚ ਉਹਨਾਂ ਨੂੰ ਜਗਾਉਣ ਦੇ ਲਈ ਬਸ ਏ ਤੇ ਬੀ ਦੇ ਵਿੱਚੋਂ ਹੀ ਆਨਸਰ ਕਰਿਆ ਜਾਵੇ ਆਪਸ਼ਨ ਏ ਜਿਨ੍ਹਾਂ ਨੇ ਆਨਸਰ ਕਰਿਆ ਬਿਲਕੁਲ ਠੀਕ ਹੈ ਕੁਐਸਚਨ ਨੰਬਰ 99 ਦੇ ਵੱਲ ਵੱਧਦੇ ਹਾਂ ਜੀ ਈਟੀਟੀ ਦਾ ਕੰਪਲੀਟ ਹੋ ਜਾਵੇਗਾ ਠੀਕ ਹੈ ਜੀ ਜਿਹੜੀ ਬੁੱਕ ਆਪਾਂ ਪਬਲਿਸ਼ ਕਰਨ ਜਾ ਰਹੇ ਹਾਂ 99 ਨੰਬਰ ਲਈ ਕਰੈਕਟ ਆਨਸਰ ਕਰੋ ਭਾਈ ਵੀਰ ਸਿੰਘ ਨੇ ਟੁਕੜੀ ਜਗਤੋਂ ਨਿਆਰੀ ਵਿੱਚ ਕਿੱਥੋਂ ਦੀ ਸੁੰਦਰਤਾ ਬਿਆਨ ਕੀਤੀ ਹੈ অপਸ਼ਨ ਏ ਕਸ਼ਮੀਰ ਬੀ ਗੋਆ ਸੀ ਸਵਰਗਲੋਕ ਤੇ ਡੀ ਦੁਨੀਆ கரੈਕਟ ਆਨਸਰ ਕਰੋ ਕੁਐਸਚਨ ਨੰਬਰ 99 ਦੇ ਲਈ ਹਾਂਜੀ 99 ਨੰਬਰ ਲਈ অপਸ਼ਨ ਏ ਆਨਸਰ ਆ ਰਿਹਾ ਇਹ ਪਹਿਲਾਂ ਵੀ ਬਹੁਤੀ ਵਾਰੀ ਪੁੱਛਿਆ ਗਿਆ ਕੁਐਸਚਨ ਪੀਐਸਟੈਟ ਦੇ ਵਿੱਚ ਵੀ ਆਇਆ ਪੈਰੇ ਦੇ ਵਿੱਚ ਪਾ ਦਿੰਦੇ ਆਂ ਕਈ ਵਾਰੀ ਬਸ 65 ਦੇ ਇਸ ਵੀਕ ਦੇ ਵਿੱਚ ਕੁਐਸਚਨ ਨੰਬਰ 100 ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਡੈਸ਼ ਦੀ ਨੀਂਦ ਰੱਖੀ অপশন এ কারтарপুর বি হর গোবিন্দপুর সি গোइंदওয়াল ਤੇ ডি ফੌਂਟਾ ਸਾਇਵ ਕੁਐਸਚਨ ਨੰਬਰ 101 ਦੀ கரੈਕਟ ਆਨਸਰ ਕਰੋ ਜੀ ਬਿਲਕੁਲ ਜੀ ਜਿਹੜਾ ਸਿਲੇਬਸ ਦਿੱਤਾ ਉਹ ਆਪਾਂ ਸਾਰਾ ਕਵਰ ਕਰਾਂਗੇ ਬਾਕੀ ਪੇਪਰ ਬੀ ਵਾਸਤੇ ਆਪਣਾ ਜਰੂਰ ਕਰ ਲੈਣਾ ਉਹਦਾ ਰੀਜਨ ਇਹ ਹੀ ਹੈ ਕਿ ਆਪਾਂ ਸਾਰੇ ਸਬਜੈਕਟ ਬੀ ਦੇ ਨਹੀਂ ਕਰਵਾਏ ਸਿਰਫ ਦੋ ਸਬਜੈਕਟ ਹੀ ਕਰਾਵਾਂਗੇ ਐਸਐਸ ਤੇ ਪੰਜਾਬੀ ਬਾਕੀ ਕੋਈ ਟੀਚਰ ਮਿਲਿਆ ਨਹੀਂ ਇਸ ਕਰਕੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਪ੍ਰਾਈਜ਼ ਵੀ ਕੁਝ ਕੁ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜੇਗਾ ਚਾਰ ਪੰਜ ਦਿਨਾਂ ਦੇ ਵਿੱਚ ਵਿੱਚ ਠੀਕ ਹੈ ਜੀ ਸੋ 100 ਨੰਬਰ ਦੇ ਲਈ অপਸ਼ਨ ਡੀ ਮੋਸਟਲੀ ਆਨਸਰ ਆਇਆ ਜਿਨ੍ਹਾਂ ਨੇ ਡੀ ਆਨਸਰ ਕਰਿਆ ਬਿਲਕੁਲ ਠੀਕ ਹੈ ਬਾਕੀ ਕਰਨ ਜੀ ਨੋਟ ਡਾਊਨ ਅੱਜ ਦੀ ਕਲਾਸ ਇੱਥੇ ਸਮਾਪਤ ਹੁੰਦੀ ਹੈ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ ਜੀ ਹੈਲਥ ਇਸ਼ੂ ਹੋਣ ਦੇ ਬਾਵਜੂਦ ਵੀ ਮੈਂ ਕਲਾਸ ਤੁਹਾਡੀ ਲਈ ਹੈ ਸੋ ਇੰਨਾ ਕੋ ਮੋਟੀਵੇਟ ਰੱਖਿਆ ਕਰੋ ਕਿ ਤੁਹਾਡੀ ਕਲਾਸ ਮਿਸ ਨਾ ਹੋਵੇ ਕਿਸੇ ਵੀ ਤਰੀਕੇ ਨਾਲ ਜੰਦੇ ਜੰਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਦੇ ਜਾਣਾ ਐਸਐਫਟੀ ਦੀ ਨਹੀਂ ਮਿਲ ਪਾਉਣੀ ਜੀ ਇੰਨਾ ਇਨੀ ਛੇਤੀ ਤਿਆਰ ਨਹੀਂ ਹੋਣੀ ਥੈਂਕ ਯੂ ਸੋ ਮਚ ਜੀ ਦੂਜੇ ਦਾ ਮੈਂ ਇੱਥੇ ਹੀ ਕਰਵਾ ਦੂੰਗਾ ਅਸਲ 'ਚ ਦੂਜੇ ਦਾ ਸਿਲੇਬਸ ਥੋੜਾ ਨਹੀਂ ਹੈ ਕਾਫੀ ਜ਼ਿਆਦਾ ਹੈ ਠੀਕ ਹੈ ਜੀ ਇੰਨੀ ਜਲਦੀ ਨਹੀਂ ਹੁੰਦਾ ਸੱਭਿਆਚਾਰ ਦੀ ਗੱਲ ਕਰੀਏ ਤਾਂ ਸੱਭਿਆਚਾਰ ਦੇ ਵਿੱਚ ਹੀ ਬਹੁਤ ਖੁਸ਼ ਆ ਜਾਂਦਾ ਜੀ ਉਸ ਤੋਂ ਬਾਅਦ ਲੋਕ ਗੀਤ ਵਗੈਰਾ ਹੋਗੇ ਠੀਕ ਹੈ ਜੀ ਸੋ ਕੋਸ਼ਿਸ਼ ਜਿੰਨਾ ਕੋ ਹੋ ਸਕੇ ਮੈਟਰ ਇਸ ਦੇ ਵਿੱਚ ਪਾਸ ਕੀ ਥੈਂਕ ਯੂ ਜੀ ਥੈਂਕ ਯੂ so much ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੰਟੈਕਟ ਜੀ 7837896518 7837869518 7837896518 ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਦੇ ਜਾਓ ਜੀ 50 ਵੀ ਕੰਪਲੀਟ ਨਹੀਂ ਹੋਈ ਮੋਰ ਥੈਨ 60 ਨੀਅਰ uh, ਅਬਾਊਟ 70 ਦੇ ਆਨਲਾਈਨ ਸੀ ਬਟ ਲਾਈਕ ਤੇ ਸ਼ੇਅਰ ਤੁਸੀਂ ਨਹੀਂ ਕਰਦੇ ਹੋ ਜੀ ਓਕੇ ਜੀ ਥੈਂਕ ਯੂ ਸੋ ਮੱਚ ਜੀ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਪ੍ਰੈਜ਼ੈਂਟ ਲਵਾਈ ਤੇ ਮਿਲਦੇ ਆਂ ਕੱਲ ਨੂੰ 8:30 ਵਜੇ ਐਸਐਸਟੀ ਨਾਲ ਤੇ 9 ਵਜੇ ਪੰਜਾਬੀ ਦੇ ਨਾਲ Bye bye, take care, good night sweet dreams.